ਮੇਰੀ ਸਤਿਗੁਰੂ
ਨਾਨਕ ਬਲਿਹਾਰੇ ਕਲ ਰਾਖੀ ਮੇਰੀ ਸਤਿਗੁਰ ਨਾਨਕ ਤੋਂ ਬਲਿਹਾਰੇ ਜਿਨ ਕਲ ਰਾਖੀ ਮੇਰੀ ਸਤਿਗੁਰ ਨਾਨਕ ਤੋਂ ਬਲਿਹਾਰੇ ਜਿਨ ਕਲ ਰਾਖੀ ਮੇਰੀ ਸਤਿਗੁਰ ਨਾਨਕ ਤੋਂ ਬਲਿਹਾਰੇ ਜਿਨ ਕਲ ਰਾਖੀ ਮੇਰੀ ਸਤਿਗੁਰ ਨਾਨਕ ਤੋਂ ਬਲਿਹਾਰੇ ਜਿਸਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕਹਿਤਾ ਪਾਵੈ ਬੋਲੇ ਓ ਨਾਨਕ ਤੋਂ ਬਲਿਹਾਰੇ ਸਤਿਗੁਰ ਨਾਨਕ ਤੋਂ ਬਲਿਹਾਰੇ ਜੋ ਤੇਰੇ ਰੰਗ ਰਾਤੇ ਸਵਾਮੀ ਤਿੰਨ ਕਾ ਜਨਮ ਮਰਨ ਦੁੱਖ ਨਾਸਾ ਤੇਰੀ ਬਖਸ਼ ਨਾ ਮਿਟੇ ਕੋਈ ਸਤਿਗੁਰ ਕਾ ਦਿਲਾਤਾ ਨਾਮ ਧਿਆਨ ਸੁਪਰ ਭੈਣ ਆਠ ਪਹਿਰ ਅਰਾਧੇ ਤੇਰੀ ਸ਼ਰਨ ਤੇਰੇ ਪਰਵਾਤੇ ਪੰਜ ਦੁਸ਼ਟ ਲੈ ਦਾਦੇ ਗਿਆਨ ਧਿਆਨ ਕੀ ਕਰਮ ਨ ਜਾਣਾ ਸਾਰ ਨ ਜਾਣ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗੁਰੂ ਨਾਨਕ ਯਾਰ ਕਰੀਪਾ ਨਾਨਕ ਯਾਰ ਕਰੀਪਾ ਗੁਰੂ ਨਾਨਕ ਯਾਰ ਕਰੀਪਾ ਸਾਰੇ ਸੰਸਾਰ ਦਾ ਆਇਆ ਗੁਰੂ ਨਾਨਕ ਸਾਂਝਾ ਸਾਰੇ ਸੰਸਾਰ ਦਾ ਆਇਆ ਗੁਰੂ ਨਾਨਕ ਸਾਂਝਾ ਰੱਬ ਪਿਆ ਕੰਦਾ ਏ
ਨਿੱਘੀ ਗੋਦ ਵਿੱਚ ਬੈਠੀ ਗੁਰੂ ਰੂਪ ਗੁਰਸਵਾਰੀ ਸਤ ਸੰਗਤ ਜੀਓ, ਜਿੱਥੇ ਆਪ ਜੀ ਮਾਈ ਭਾਈ ਸਾਰੇ ਹੀ ਪ੍ਰੇਮੀ ਜਨ ਦੂਰੋਂ ਨੇੜੇ ਕਾਫੀ ਸਮੇਂ ਤੋਂ ਆਪੋ ਆਪਣੇ ਦੁਨਿਆਵੀ ਧੰਦੇ ਧੰਧਾਰਾਂ ਤੋਂ ਛੁਟਕਾਰਾ ਪਾ ਕਰਕੇ ਜੁਗੋ ਜੁਗ ਅਟਲ ਸਰਬ ਸਾਂਝੇ ਭਗਵਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਪੁੱਜ ਕੇ ਆਪਣੀ ਜ਼ਿੰਦਗੀ ਦੇ ਅਮੋਲਕ ਸਮੇਂ ਨੂੰ ਗੁਰੂ ਚਰਨਾਂ ਵਿੱਚ ਲਗਾ ਕੇ ਸੁਭਨੇ ਕਰਨ ਦੀ ਖੇਚਲਾ ਜਾਨੀ ਕਿਰਪਾਲਤਾ ਕਰ ਰਿਹਾ। ਕਾਫੀ ਸਮੇਂ ਤੋਂ ਗੁਰਬਾਣੀ ਹਰੀ ਅਸਰੀ ਕੀਰਤਨ ਸਰਵਣ ਕਰ ਰਿਹਾ, ਗੁਰੂ ਕੀ ਸੰਗਤ ਸਿੱਖੀ ਦੀ ਨੀਂਹ ਭਾਵੇਂ ਗੁਰੂ ਨਾਨਕ ਸਾਹਿਬ ਦੇ ਸਮੇਂ ਹੀ ਰੱਖੀ ਗਈ ਸੀ। ਮਾਫ ਕਰਨਾ ਗੁਰੂ ਕੀ ਸੰਗਤ ਬਾਬਾ ਕਿਹਾ, ਜੇ ਅਸੀਂ ਬਾਣੀ ਪੜ੍ਹ ਕੇ ਵੇਖੀਏ ਵਿਚਾਰ ਕਰਕੇ ਵੇਖੀਏ, ਗੁਰੂ ਕੀ ਸੰਗਤ ਬਾਬਾ ਕਿਹਾ, ਬਾਬਾ ਹਰਿਦੁਆਰ ਕਿਹਾ, ਬਾਬਾ ਗਿਆ ਬਾਬਾ ਜਗਨਨਾਥ ਗਿਆ, ਬਾਬਾ ਗਿਆ ਬਾਬਾ ਗਿਆ ਬਿਦਰ ਗਿਆ, ਬਾਬਾ ਗਿਆ ਬਾਬਾ ਕਿੱਥੇ ਗਿਆ ਮੁਕਦੀ ਗੱਲ ਕਰ। ਗੁਰੂ ਕੀ ਸੰਗਤ ਬਾਬਾ ਗਿਆ ਜਿੱਥੇ ਮਾਫ ਕਰਨ ਮੁਸਲਮਾਨਾਂ ਦੇ ਸਥਾਨ ਸਨ, ਬਾਬਾ ਗਿਆ ਬਾਬਾ ਬਗਦਾਦ ਗਿਆ, ਬਾਬਾ ਮੱਕੇ ਗਿਆ, ਬਾਬਾ ਮਦੀਨੇ ਗਿਆ, ਬਾਬਾ ਕਾਬਲ ਗਿਆ, ਬਾਬਾ ਕੰਧਾਰ ਗਿਆ। ਬਾਬਾ ਕਿਉਂ ਗਿਆ? ਕਿਉਂਕਿ ਬਾਬਾ ਸਰਬ ਸਾਂਝਾ ਭਗਵਾਨ ਸੀ। ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣੀ ਮਾਫ ਕਰਨ ਸਤਿਗੁਰੂ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਬੱਲੇ ਬੱਲੇ ਦੁਨੀਆਂ ਦੇ ਭੁਲੇਖਿਆਂ ਦੇ ਵਿੱਚ ਪਾ ਦਿੱਤਾ ਸੀ। ਸੰਸਾਰ ਵਹਿਮਾਂ ਭਰਮਾਂ ਦੇ ਵਿੱਚ ਪੈ ਗਿਆ ਸੀ ਜਦੋਂ ਗੁਰੂ ਸਾਹਿਬ ਸੰਸਾਰ ਦੇ ਵਿੱਚ ਅਵਤਾਰ ਧਾਰਨ ਕਰਕੇ ਆਏ। ਸਮਾਂ ਕੋਈ ਥੋੜਾ ਹੈ, ਪਰ ਗੱਲ ਕੋਈ ਥੋੜੀ ਜਿਹੀ ਜ਼ਿਆਦਾ ਕਹਿਣੀ ਹੈ। ਜ਼ਰਾ ਧਿਆਨ ਦੇਣਾ ਪਵੇਗਾ ਕਿ ਗੁਰੂ ਕੀ ਸੰਗਤ, ਜ਼ਰਾ ਧਿਆਨ ਦੇਣਾ ਪਵੇਗਾ ਗੁਰੂ ਕੀ ਸੰਗਤ। ਜੇ ਅਰਦਾਸ ਦੀ ਗੱਲ ਕੀਤੀ, ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਾਰੀ ਦੁਨੀਆਂ ਦੇ ਭਲੇ ਦੀ ਗੱਲ ਕੀਤੀ, ਇਹ ਗੱਲ ਕਿਸੇ ਵੀ ਥਾਂ ਤੋਂ ਇਹ ਆਵਾਜ਼ ਨਹੀਂ ਨਿਕਲਦੀ। ਗੁਰੂ ਘਰ ਦੇ ਵਿੱਚ ਇੱਕ ਆਵਾਜ਼ ਨਿਕਲੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮੁੱਕਦੀ ਗੱਲ ਕਿ ਗੁਰੂ ਕੀ ਸੰਗਤ, ਇੱਥੇ ਜੇ ਵਿਚਾਰ ਕਰਕੇ ਵੇਖਿਆ ਜਾਵੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਪੂਰਬ ਪੱਛਮ ਉੱਤਰ ਦੱਖਣ ਦੁਨੀਆਂ ਦੇ ਚਾਰ ਹੀ ਵਰਨ ਸਨ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਸਿੱਖਾਂ ਨੇ ਪੰਜਵੇਂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ, ਗਰੀਬ ਮਾਜ ਕੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਸਿਰਫ ਸਿੱਖਾਂ ਵਾਸਤੇ ਹੀ ਹੈ? ਗੁਰੂ ਸਾਹਿਬ ਲੱਗੇ ਕਹਿਣ ਕੀ ਗੱਲ, ਜਿਹੜਾ ਬਾਣੀ ਹੈ ਸਿਰਫ ਸਿੱਖਾਂ ਦੀ ਪਿਆਸ ਬੁਝਾਉਂਦਾ, ਰੋਟੀ ਹੈ ਜਿਹੜੀ ਸਿੱਖਾਂ ਦੀ ਭੁੱਖ ਨੂੰ ਦੂਰ ਕਰਦੀ ਹੈ। ਮਾਫ ਕਰਨਾ ਗੁਰੂ ਕੀ ਸੰਗਤ, ਮਾਫ ਕਰਨਾ ਇੱਥੇ ਪਾਣੀ ਜਿਵੇਂ ਸਭ ਦੀ ਭੁੱਖ ਨੂੰ ਪਿਆਸ ਨੂੰ ਮਿਟਾਉਂਦਾ, ਰੋਟੀ ਸਭ ਦੀ ਭੁੱਖ ਨੂੰ ਮਿਟਾਉਂਦੀ ਹੈ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਇਹ ਸਾਰਿਆਂ ਦੇ ਮਨ ਨੂੰ ਸ਼ਾਂਤੀ ਦਿੰਦੀ ਹੈ ਔਰ ਸਭ ਦੀ ਮੁਕਤੀ ਕਰਦੀ ਹੈ। ਆਪ ਜੀ ਨੇ ਬਾਣੀ ਉਚਾਰਨ ਕਰਦੇ ਪੰਜਵੇਂ ਪਾਤਸ਼ਾਹ ਨੇ ਹੀ ਉਪਦੇਸ਼ ਦਿੱਤਾ ਸੀ, ਸਿੱਖੋ ਉਪਦੇਸ਼ ਸ਼੍ਰੀ ਆਹ
खत्री ब्राह्मण सूत पहन खत्री ब्राह्मण खत्री ब्राह्मण सूत पहन खत्री ब्राह्मण सूत बैस उपदेश की गल नहीं की एक बार कह दो वाहरू और लोग जिन्होंने हथों कोई पानी नहीं सी पींदा एक बार कह दो वाहरू महाराज ने जाता पाता मुंडी तक रख के वढ़े सभना का श्री पंजा तत्ता का बनिया होया एक बार कह दो वाहरू गुरु गोबिंद समर फरमाते ने एक नैन एक बैन कहते ने हर बंदे दी दो अखां ने हर बंदे दी एक जवान है किसी बंदे दी दो अखां है एक बार कह दो वाहरू मेरे पातशाह कहते तेरा ओ मसीत ओही पूजा अनुवाज ओही दूसरा न अवर कोई मानस की जात सबै एको पहचान भो माफ करना गुरु की संगत जद बंदे ने बंदे दे विच भिन्न भेद पाता सी खालसा दी ए दूजा ए नीवें पर बाबे नानक ने एक आवाज दित्ती नानक नाम चढ़ती कला तेरे भाणे सरबत दा भला इत्थे गल इत्थे ऊंचा नीवा जात करके नहीं मनिया एक बार कह दे वाहर इत्थे जन्म करके ऊंचा ते नीवा नहीं इत्थे ऊंचा ते नीवा मनी है ऊंचा कौन है जेड़ा जेड़ा चंगे कर्म करता ऊंचा माड़ा कौन है जेड़ा माड़े कर्म करता ओ माड़ा अदी रोज पढ़ते कर्मी आपको अपनी के नेड़े के दूर जिन्हां नूं माफ करना गुरु के संत नाम दे वर्गियां नूं मंदिर दे विच जाण तों धक्के मारे जिन्हां दे हत्थों लोकी पानी नहीं सुन पींदे जिन्हां नूं मंदिरां च मत्था नहीं टेकण दित्ता जांदा मुक दी गल की उहनां दी पाणी गुरु ग्रंथ साहिब दी पाणी विच दर्ज कीती खालसा दी एक वारी कह दिओ वाहिगुरू एक वारी फिर कह रहे वाहिगुरू माफ करना गुरु की संगत अज कल तां अज असीं देखदे अज दे युग विच वी माफ करना साडा सारियां दा खून इक एक बंदा बीमार हो जाता डॉक्टर को लेके जाते हैं डॉक्टर कहता है ऑपरेशन करना पड़ेगा पर ब्लड की लोड़ है अभी कहने डॉक्टर साहब साढ़े को ब्लड नहीं है वो कहता फिर मुल ले लो ब्लड अभी मुल लेने मुल है इतने तक दुनिया भुलेखों के पाते चमड़े के निकलिया दुध तो सारी दुनिया पीती है मझ दे गां दे थन चमड़ा ही और की है पर रब दे बंदे दे हथों पानी पीना गुनाह समझ लग पैसे इहो जे समय विच सतगुरु नानक देव महाराज ने एक आवाज दित्ती बल्ले 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 एक आवाज दित्ती माफ करना की ओ आवाज केड़ी सी नानक नाम चढ़ती कला जेड़ा नाम जपेगा ओदी चढ़ती कला होवेगी इस गुरु ग्रंथ साहिब दी पाणी विच जदि विचार करके वेख्या जावे ना थोड़ा जिहा ध्यान दित्ता जावे पंज ब्राह्मण भगतां दी बाणी दर्ज है भगत रामानंद जी एक बारी कह दो वह भगत परमानंद जी भगत सूरदास जी भगत जयदेव जी भगत लोचन जी ए भगत रविदास वर्गे कहता जो रविदास भगवान ने दर्शन दिते अजकल असि कहते बड़े लोगों ने कोशिश की इतने तक कोशिश की रविदास जी नू काशी से कहते ब्राह्मणा ने आके बेचारे भी साड़ी पेश नहीं जान दिता इनू ब्राह्मण ਇਹਨੂੰ ਬ੍ਰਾਹਮਣ ਦਾ ਖਿਤਾਬ ਦੇ ਦੇਵੀ ਇਹ ਤਾਂ ਬ੍ਰਾਹਮਣ ਆ ਭਗਤ ਰਵਿਦਾਸ ਜੀ ਨੂੰ ਆਖਿਆ ਜੀ ਅਸੀਂ ਤੁਹਾਨੂੰ ਬ੍ਰਾਹਮਣ ਦਾ ਖਿਤਾਬ ਦੇਣਾ ਚਾਹੁੰਦੇ ਹਾਂ ਰਵਿਦਾਸ ਭਗਤ 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 ਜਗ ਵਜਿਆ ਚਉ ਚੱਕਾਂ ਵਿੱਚ ਚਮਰੇਟਾ ਇੱਕ ਵਾਰੀ ਕਹਿ ਦਿਓ ਬਹਿਰੂ ਭਗਤ ਭਗਤ ਜਗ ਵਜਿਆ ਚਉ ਚੱਕਾਂ ਵਿੱਚ ਚਮਰੇਟਾ ਪਾਣਾ ਗੰਢੇ ਰਹਾ ਵਿੱਚ ਆਪਣੀ ਬਾਣੀ ਚ ਕਹਿੰਦੇ ਨੇ ਆਪਾਂ ਕਹਿ ਦਿੰਦੇ ਹਾਂ ਮਾਫ਼ ਕਰਨਾ ਜਾਤਾਂ ਨਹੀਂ ਹੈਗੀਆਂ ਲੋਹੇ ਦਾ ਕੰਮ ਕਰਨ ਵਾਲਾ ਨੂੰ ਲੁਹਾਰ ਕਹਿ ਦਿੰਦੇ ਸੋਨੇ ਦੇ ਕੰਮ ਕਰਨ ਸੁਨਿਆਰਾ ਕਹਿ ਦਿੰਦੇ ਨੇ ਜਿਹੜਾ ਖੇਤੀ ਪੱਤਾ ਕਰਦਾ ਉਹਨੂੰ ਜੱਟ ਬੂਟ ਕਹਿ ਦਿੰਦੇ ਜੱਟ ਬੂਟ ਬੂਟ ਦਾ ਮਤਲਬ ਇਹ ਥੋੜਾ ਨੇ ਬੜੇ ਬੜੇ ਵੱਡੇ ਬੂਟ ਪਾਏ ਨੇ ਬੂਟ ਦਾ ਮਤਲਬ ਕਿ ਉਹ ਬੂਟੇ ਲਾਉਂਦਾ ਚਮੜੇ ਦਾ ਕੰਮ ਕਰਦਾ ਉਹਨੂੰ ਚਮਾਰ ਕਹਿੰਦੇ ਚਮਾਰ ਜਾਤ ਨਹੀਂ ਹੈ ਇੱਕ ਵਾਰੀ ਕਹਿ ਦਿਓ ਵਾਹਿਗੁਰੂ ਜੇ ਚਮਾਰ ਜਾਤ ਹੈ ਤਾਂ ਫਿਰ ਮਾਫ਼ ਕਰਨਾ ਜੇ ਚਮੜੇ ਕਰਕੇ ਚਮਾਰ ਹੈ ਤਾਂ ਫਿਰ ਆਪਾਂ ਸਾਰੇ ਚਮੜੇ ਦੇ ਬਣੇ ਇੱਕ ਵਾਰੀ ਕਹਿ ਦਿਓ ਵਾਹਿਗੁਰੂ ਸਾਡਾ ਸਾਰਿਆਂ ਦਾ ਸਰੀਰ ਹੀ ਚਮੜੀ ਦਾ ਬਣਿਆ ਜਨ ਕੀ ਰਵਿਦਾਸ ਜੀ ਕਹਿੰਦੇ
ਕਹਿੰਦਾ ਚਲ ਕੀ ਪੀਤ ਭਵਨ ਕਾ ਥੰਬਾ ਰਕਤ ਬੰਦ ਕਾ ਗਾਰਾ ਹਾਡ ਮਾਸ ਨਾੜੀ ਕੋ ਫਿੰਗਰ ਪੰਖੀ ਬਸੇ ਵਿਚਾਰਾ ਆਪਣੀ ਬਾਣੀ ਚ ਕਹਿੰਦੇ ਚਮਰਟਾ ਗਾਂਠ ਨਾ ਜਾਨੀ ਕਹਿੰਦੇ ਚਮਰਟਾ ਗਾਂਠ ਨਾ ਜਾਨੀ ਲੋਕ ਗਠਾਵੇ ਪਨੀ ਉਹ ਕਹਿੰਦੇ ਮੈਨੂੰ ਲੋਕੀ ਚਮਾਰ ਕਹਿੰਦੇ ਮੈਨੂੰ ਤਾਂ ਮਾਫ਼ ਕਰਨਾ ਮੈਨੂੰ ਕਹਿੰਦੇ ਜੁੱਤੀਆਂ ਕੱਢਣੀ ਨਹੀਂ ਆਉਂਦੀਆਂ ਹਾਲਾਂਕਿ ਉਹਨਾਂ ਦਾ ਕਿੱਤਾ ਸੀ ਪਰ ਅੱਗੇ ਕੀ ਕਹਿੰਦੇ ਕਹਿੰਦੇ ਫਿਰ ਵੀ ਲੋਕੀ ਮੈਥੋਂ ਜੁੱਤੀਆਂ ਕਟਾਉਂਦੇ ਨੇ ਅਸਲ ਵਿੱਚ ਅਰਦਾਸ ਕਾਹਦੇ ਲਈ ਆਇਆ ਸੀ ਉਹ ਤਾਂ ਟੁੱਟੀਆਂ ਮਨਾਂ ਨੂੰ ਕੰਡਦਾ ਜਿਹਨੂੰ ਕਹਿੰਦੀ ਜਾਈ ਵੀ ਰੱਖੇ ਆਪ ਤਿਸ ਵਿੱਚ ਜੰਤੂ ਪਾਏ ਕੈ ਵੇਖੇ ਥਾਪੂ ਥਾਪ ਕਿਸ ਨੂੰ ਕਹੀਏ ਨਾਨਕਾ ਸਭ ਕਿਸ ਆਪੇ ਆਪ ਇੱਕ ਵੱਡੇ ਬਣਾ ਦਿੱਤੇ ਇੱਕ ਛੋਟੇ ਬਣਾ ਦਿੱਤੇ ਤੇ ਮਾਲਕ ਦੀ ਖੇਡ ਜਦੋਂ ਪਰਮੇਸ਼ਰ ਨੂੰ ਦੇਖਿਆ ਮੇਰੇ ਸੰਤਾਂ ਮੇਰੀ ਮੇਰੇ ਬਣਾਏ ਬੰਦਿਆਂ ਦੀ ਨਿੰਦਾ ਹੁੰਦੀ ਆ ਪਰਮੇਸ਼ਰ ਨੇ ਰਵਿਦਾਸ ਵਰਗੇ ਭਗਤ ਭੇਜੇ ਖਾਲਸਾ ਜੀ ਮਾਫ਼ ਕਰਨਾ ਬਾਣੀ ਭਗਤ ਕਬੀਰ ਜੀ ਦੀ ਤਾਂ ਕਬੀਰ ਆਪਣੀ ਬਾਣੀ ਚ ਰਵਿਦਾਸ ਭਗਤ ਦੀ ਵਡਿਆਈ ਕਿਵੇਂ ਕਰ ਰਹੇ ਨੇ ਭਗਤ ਕਬੀਰ ਵਰਗੇ ਬੱਲੇ 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 ਚ ਵਿਚਾਰ ਕਰਕੇ ਵੇਖਿਆ ਜਾਵੇ ਇੱਥੇ ਸੱਤ ਮੁਸਲਮਾਨ ਫਕੀਰਾਂ ਦੀ ਬਾਣੀ ਦਰਜ ਹੈ ਇੱਕ ਵਾਰੀ ਕਹਦੇ ਕੌਣ ਕਹਿੰਦਾ ਗੁਰੂ ਗੋਬਿੰਦ ਸਿੰਘ ਕੌਣ ਕਹਿੰਦਾ ਸਾਡੇ ਗੁਰੂ ਸਾਹਿਬ ਇਸਲਾਮ ਦੇ ਖਿਲਾਫ ਸਨ ਕਿਸੇ ਦੁਨੀਆਂ ਦੇ ਧਰਮ ਦੇ ਖਿਲਾਫ ਸਨ ਸਾਡੇ ਗੁਰੂ ਸਾਹਿਬ ਇਨਸਾਨੀਅਤ ਦੇ ਮਸੀਹਾ ਸਨ ਮੁਸਲਮਾਨਾਂ ਦੇ ਗਏ ਮਾਫ਼ ਕਰਨ ਜਿਹੜਾ ਕੀਰਤਨ ਥੋੜਾ ਮੋੜ ਫੜ ਗਿਆ ਸਾਸੰਗ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਹੀ ਗੁਰੂ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਸਾਰੀ ਮਨੁੱਖਤਾ ਦਾ ਗੁਰੂ ਹੈ ਖਾਲਸਾ ਸਾਰੀ ਦੁਨੀਆਂ ਦਾ ਗੁਰੂ ਮਾਫ਼ ਕਰਨਾ ਖਾਲਸਾ ਜੀ ਆਪਾਂ ਕਹਿੰਦੇ ਹਾਂ ਇੱਥੇ ਮੁਸਲਮਾਨ ਨੂੰ ਉਪਦੇਸ਼ ਆਪਾਂ ਕਹਿੰਦੇ ਹਾਂ ਵੀ ਸਿੱਖੋ ਅੰਮ੍ਰਿਤ ਵੇਲੇ ਗੁਰਦੁਆਰੇ ਗ੍ਰੰਥੀ ਬੋਲਦਾ ਭਾਈ ਉੱਠੋ ਅੰਮ੍ਰਿਤ ਵੇਲਾ ਹੋ ਗਿਆ ਉੱਠੋ ਗੁਰੂ ਘਰ ਆਓ ਜੀ ਆ ਕੇ ਹਾਜ਼ਰੀ ਭਰੋ ਜੀ ਬਾਣੀ ਸੁਣੋ ਜੀ ਬਾਣੀ ਪੜ੍ਹੋ ਜੀ ਇੱਥੇ ਸਿੱਖ ਨੂੰ ਉਪਦੇਸ਼ ਹੈ ਜੀ ਇੱਥੇ ਮੁਸਲਮਾਨ ਨੂੰ ਉਪਦੇਸ਼ ਫਰੀਦਾ ਬੇ ਨਵਾਜਾ ਕੁੱਤਿਆ ਸਾਰੇ ਪੜ੍ਹੋ ਫਰੀਦਾ ਬੇ ਨਵਾਜਾ ਇਹ ਨਾ ਭਲੀ ਰੀਤ ਕਬੂ ਚਾਲਣਾ ਆਇਓ ਪੰਜੇ ਵਕਤ ਮਸੀਦ ਮੁਸਲਮਾਨ ਨੂੰ ਉਪਦੇਸ਼ ਫਰੀਦਾ ਅੱਲਾਹ ਦੀ ਕਰ ਬੰਦਗੀ ਸਾਰੇ ਪੜੋ ਅੱਲਾਹ ਦੀ ਕਰ ਬੰਦਗੀ ਦਿਲ ਦੀ ਲਾਏ ਪ੍ਰਾਂਦ ਦਰਵੇਸਾਂ ਨੂੰ ਲੋੜੀ ਹੈ ਰੁੱਖਾਂ ਦੀ ਜਰਾਂਦ ਮਾਫ਼ ਕਰਨਾ ਇੱਥੇ ਦੁਨੀਆਂ ਦੇ ਹਰ ਧਰਮ ਦੇ ਬੰਦੇ ਨੂੰ ਉਪਦੇਸ਼ ਸੱਤ ਮੁਸਲਮਾਨ ਫਕੀਰਾਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਚ ਬਾਬਾ ਫਰੀਦ ਦੀ ਜਾਤ ਦੇ ਮੁਸਲਮਾਨ ਭਗਤ ਕਬੀਰ ਦੀ ਜਾਤ ਦੇ ਜੁਲਾਹੇ ਮੁਸਲਮਾਨ ਮਾਫ਼ ਕਰਨਾ ਭਗਤ ਸਦਨਾ ਜੀ ਭਗਤ ਭੀਖਣ ਜੀ ਜਾਤ ਦੇ ਮੁਸਲਮਾਨ ਮੁੱਖ ਦੀ ਗੱਲ ਕੀ ਖਾਲਸਾ ਜੀ ਮੇਰੇ ਮਾਹੀ ਦੇ ਦੋ ਚੇਲੇ ਇੱਕ ਖੱਬੇ ਇੱਕ ਸੱਜੇ ਇੱਕ ਚੋਰ ਪਿਆ ਫੇਰੇ ਇੱਕ ਚੋਰ ਪਿਆ ਫੇਰੇ ਮਾਫ਼ ਕਰਨਾ ਇੱਕ ਚੋਰ ਕਰਦਾ ਦੂਜੇ ਨੰਬਰ ਤੇ ਭਾਈ ਮਰਦਾਨਾ ਮਾਫ਼ ਕਰਨਾ ਗੁਰੂ ਕੀ ਸੰਗਤ ਉਹ ਗੁਰੂ ਬਾਬੇ ਨੂੰ ਕੀਰਤਨ ਸੁਣਾਉਂਦਾ ਇੱਕ ਤਾਰ ਪਿਆ ਛੇੜੇ ਇੱਕ ਚੋਰ ਹੱਥ ਸੱਜੇ ਇੱਕ ਮੱਕੇ ਦਾ ਇੱਕ ਗੰਗਾ ਨਹਾਉਣ ਜਾਵੇ ਇੱਕ ਪਾਸੇ ਵਜੀਦਾ ਖਾਂ ਖੜਾ ਜੋ ਗੁਰੂ ਗੋਬਿੰਦ ਸਿੰਘ ਦੇ ਛੋਟੇ ਛੋਟੇ ਬੱਚਿਆਂ ਨੂੰ ਸਰਹੰਦ ਦੀ
खूनी द्वार विच चढ़े जान दा हुकम सुना रहा है। एक पासे वजीदा मुसलमान खड़ा है, दूसरे पासे मनेर कोटले दे दो भरा शेर मोहम्मद खान दे गन खान ए जात दे मुसलमान खड़े ने। ओए ना कलगी धर दे बच्चियां ने, ओ तुहाडा कुछ नहीं बिगाड़िया। ओए एक बारी कह रहे हो वाहेगुरु वाहेगुरु। बच्चे बच्चे ने, हिंदू दे बच्चे, मुसलमान दे बच्चे, ब्राह्मण दे बच्चे, खत्री दे बच्चे, सिख दे बच्चे, बच्चे दा किसे नाल वैर नहीं हुंदा। ना मारो गुरु ते लाला, ना मारो ना मारो गुरु ते लाला, ओ ना मारो ना मारो गुरु ते लाला। पाप करे पाप ऐसा गल जातरा दी नहीं, ऐसा गल इंसानियत दी। एक बारी कह रहे वाहेगुरु। एक पास सुचा नंद जात का खत्री है, आख्या जी नवाब जी दे खां एक गुरु गोबिंद सिंह तुहाडे कंट्रोल च नहीं, ए दो पे पलदे ने। एक बारी कह रहे वाहेगुरु। सप दे शेर दे बच्चे किसे दे मित नहीं हुंदे, इन्हां जमदियां नूं मार देना चाहिए। एक पासे सुचा नंद ज्यादा खतरी है, और दूजे पासे बाबा टोटल मन भी ज्यादा खतरी है। खालसा जी जिन्हें सोने दियां मोहरां चिण के, एक बारी कह रहे वाहेगुरु। कबीर जी कहिंदे ज्यादा मान ना करे वे, जात का गर्व न करियो कोई, ब्रह्म दे तो ब्राह्मण होई। ब्राह्मण कौन है जो ब्रह्म ज्ञान दी विचार रखता है। एक पास बाबा टोडर मल साहब जादिया ते माता गुजरी दे पावन पुत्र शरीरां दा संस्कार करते ने। एक पास गंगू ब्राह्मण भी ब्राह्मण सी। एक बारी कह दियो वाहेगुरु, एक बारी फिर कह दियो वाहेगुरु। जिन्हें गुरु गोबिंद समाज ने साहब जादिया नू रेस्ट कराया सी, और दूजे पास भाई मती दास सती दास ए भी जात दे ब्राह्मण सन। एक बारी कह दियो वाहेगुरु। सिखा गुरुआं दे विच पहली शहीदी गुरु अर्जन दे महाराज दी, और सिखा दे विच पहली शहीदी भाई मती दास ते सती दास दी। खालसा जी पंचो दिल्ली खालसा जी। फिर गुरु तेग बहादुर मार दी शहीदी तां धर्म खेत पाता जिन किया जीतिया, पर चंडूला खा परत तांका किलो बड़ो कलू मैं साका। ਜਾਦਿਆਂ ਦੀ ਸ਼ਹੀਦੀ ਤੂੰ ਮਾਫ ਕਰਨਾ, ਸਤਿਗੁਰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਬਾਦਸ਼ਾਹ ਰੰਗਦੇਵ ਕਹਿ ਰਿਹਾ ਐ ਮਤੀ ਦਾਸ ਸਤੀ ਦਾਸ ਦਿਆਲ ਦਾਸ ਜੇਕਰ ਤੂੰ ਵੀ ਸਿਰ ਤੇ ਕੇਸ ਤਾਂ ਮੂੰਹ ਦਾ ਦਾੜੇ ਕਤਲ ਕਰਵਾ ਕੇ ਇਸਲਾਮ ਕਬੂਲ ਕਰ ਲਓ, ਤੁਹਾਨੂੰ ਮੈਂ ਆਪਣੀਆਂ ਲੜਕੀਆਂ ਦੇ ਡੋਲੇ ਦੇ ਦਿਆਂਗਾ, ਤੁਹਾਡੇ ਨਾਲ ਵਜ਼ੀਰਾਂ ਲਾਈਆਂ ਵਜ਼ੀਰੀਆਂ ਲਾਈਆਂ ਜਾਣਗੀਆਂ, ਮਾਫ ਕਰਨਾ ਤੁਹਾਡੇ ਨਾਲ ਜ਼ਕੀਰਾਂ ਲਵਾ ਦਿਆਂਗਾ, ਤੁਹਾਨੂੰ ਵਜ਼ੀਰੀਆਂ ਦਿੱਤੀਆਂ ਜਾਣਗੀਆਂ। ਇੱਕ ਪਾਸੇ ਗੰਗੂ ਬ੍ਰਾਹਮਣ 500 ਸੋਨਾ ਦੇ ਸੋਨੇ ਦੀਆਂ ਮੋਹਰਾਂ ਤੇ ਬੇਈਮਾਨ ਹੁੰਦਾ ਹੈ, ਦੂਜੇ ਪਾਸੇ ਗੁਰੂ ਕੇ ਭਾਈ ਸਿੱਖ ਬ੍ਰਾਹਮਣ ਆ ਵੀ ਬ੍ਰਾਹਮਣ ਸਨ। ਭਾਈ ਮੰਦੀ ਦਾ ਸਤੀ ਦਾਸ ਦਿਆਲ ਦਾਸ ਕਹਿ ਰਹੇ ਸਨ ਬਾਦਸ਼ਾਹ ਰੰਗ ਜਬ ਥੁੱਕਦਿਆਂ ਤੇਰੀਆਂ ਜਗੀਰੀਆਂ ਤੇ, ਇੱਕ ਵਾਰੀ ਕਹਿ ਦੇ ਵਾਹਿਗੁਰੂ। ਥੁੱਕਦਿਆਂ ਤੇਰੀਆਂ ਵਜ਼ੀਰੀਆਂ ਤੇ, ਥੁੱਕਦਿਆਂ ਤੇਰੀਆਂ ਲੜਕੀਆਂ ਦੇ ਟੋਲਿਆਂ ਤੇ,
सर जावे पांचावे साता सिखी सिपजन मान जावे सर जावे पांचावे सिखी सिपजन मान जावे पहचाने जाएगा
ਜਿਹਨਾਂ ਨੂੰ ਦੁਨੀਆ ਨੀਚ ਕਹਿੰਦੀ ਸੀ ਬਾਂਹ ਤੂੰ ਫੜ ਕੇ ਕਾਨਾ ਲਾ ਲਿਆ ਉਹ ਦੱਸੋ ਜਦੋਂ ਗੁਰੂ ਗੋਬਿੰਦ ਸਿੰਘ ਨੇ ਇਹ ਵਚਨ ਕਰ ਦਿੱਤਾ ਹੋਵੇ ਉਹ ਨੀਵਾਂ ਹੋ ਸਕਦਾ ਕਹਿ ਦਿਓ ਵਾਹਿਗੁਰੂ ਤੇਰੀ ਥਾਂ ਤੇ ਪਹਿਰਾ ਮੈਂ ਦਿਆਂਗਾ ਤੂੰ ਆਰਾਮ ਕਰਦਾ
ਵਿਰਾਹੀ ਖਾਲਸਾ ਵਿਰਾਹੀ ਰੂਪ ਖੋ ਗਿਆ ਵਿਰਾਹੀ ਖਾਲਸਾ ਓਏ ਵਿਰਾਹੀ ਰੂਪ ਖੋ ਗਿਆ ਵਿਰਾਹੀ ਖਾਲਸਾ ਵਿਰਾਹੀ ਖਾਲਸਾ ਵਿਰਾਹੀ ਰੂਪ ਖੋ ਗਿਆ ਵਿਰਾਹੀ ਖਾਲਸਾ ਵਿਰਾਹੀ ਰੂਪ ਖੋ ਗਿਆ ਵਿਰਾਹੀ ਖਾਲਸਾ ਵਿਰਾਹੀ ਰੂਪ ਖੋ ਗਿਆ ਵਿਰਾਹੀ ਬਠਿੰਡਾ ਦੀ ਧਰਤੀ ਦਾ ਪੁੱਜਣਾ ਇੱਕ ਵਾਰੀ ਕਹਿ ਦਿਓ ਵਾਹਿਗੁਰੂ ਇੱਥੇ ਦੇ ਰਹਿਣ ਵਾਲਾ ਡੱਲਾ ਚੌਧਰੀ ਸਿੱਖੀ ਰਹੀ ਗਰੀਬਾਂ ਦੇ ਘਰੇ ਇਹਦੀ ਜੜ ਗਰੀਬੀ ਹੈ ਕੀ ਦੱਸਾਂ ਸਤ ਸੰਗਤ ਜੀ ਗੁਰੂ ਨਾਨਕੀ ਕਰ ਉਪਕਾਰ ਗਿਆ ਜੇ ਕ੍ਰਿਸ਼ਨ ਗਊਆ ਚਾਰੀਆਂ ਸਾਧਕ ਵੀ ਬੱਚੀ ਕਰ ਗਿਆ ਮਾਫ ਕਰਨਾ ਕੀ ਦੱਸਾਂ ਸਤ ਸੰਗਤ ਜੀ ਗੁਰੂ ਨਾਨਕ ਕੀ ਕਰ ਪਰ ਉਪਕਾਰ ਗਿਆ ਜੇ ਕ੍ਰਿਸ਼ਨ ਗਊਆ ਚਾਰੀਆਂ ਸੀ ਨਾਨਕੀ ਵੀ ਮੱਝੀ ਚਾਰ ਗਿਆ ਉਸ ਸਾਗ ਬਿਦਰਤਾ ਖਾਤਾ ਸੀ ਉਸ ਸਾਗ ਬਿਦਰਤਾ ਲਾਲੋ ਦੀ ਚੁੱਕੀ ਤਾਰ ਗਿਆ ਮਾਫ ਕਰਨਾ ਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦਾ ਜਦੋਂ ਖਾਲਸਾ ਪੰਥ ਹੀ ਨਹੀਂ ਰੱਖੀ ਆ ਜਾ ਕਹਿੰਦਾ ਵੋਟਾਂ ਪੈਣੀਆਂ ਨੇ ਇੱਕ ਵਾਰੀ ਕਹਿ ਦਿਓ ਵਾਹਿਗੁਰੂ ਇੱਕ ਵਾਰੀ ਫਿਰ ਕਹਿ ਦਿਓ ਵਾਹਿਗੁਰੂ ਪੰਜਾਂ ਪਿਆਰਿਆਂ ਦਾ ਨੰਬਰ ਨਾਲ ਲੱਗਦਾ ਪੰਜੇ ਪਿਆਰੇ ਮਹਾਂਪੁਰਖ ਬੈਠੇ ਨੇ ਉਹ ਪੰਜੇ ਪਿਆਰੇ ਪੰਜੇ ਗਰੀਬ ਘਰਾਂ ਦੇ ਸਨ ਖਾਲਸਾ ਦੀ ਇੱਕ ਵਾਰੀ ਕਹਿ ਦਿਓ ਵਾਹਿਗੁਰੂ ਇੱਕ ਵਾਰੀ ਫਿਰ ਕਹਿ ਦਿਓ ਵਾਹਿਗੁਰੂ ਮਾਫ ਕਰਨਾ ਜਦੋਂ ਧਿਆਨ ਦੇਣਾ ਪਵੇਗਾ ਉਸ ਸਾਗ ਪਿੱਤਰ ਦਾ ਖਾਤਾ ਉਸ ਸਾਗ ਪਿੱਤਰ ਦਾ ਖਾਤਾ ਜੇ ਕ੍ਰਿਸ਼ਨ ਨੇ ਚੱਕਰ ਚਲਾਏ ਸੀ ਮਾਲਾ ਨਾਲ ਬੁੱਤਾ ਸਾਰ ਗਿਆ ਮਾਫ ਕਰਨਾ ਤਲਵਾਰ ਦੀ ਧਾਰ ਦਾ ਖਾਲਸਾ ਪੰਥ ਸਾਜਣਾ ਮੀਡੀਆ ਦਾ ਜ਼ਮਾਨਾ ਨਹੀਂ ਸੀ ਇੱਕ ਵਾਰੀ ਕਹਿ ਦਿਓ ਵਾਹਿਗੁਰੂ ਪੰਜੇ ਪਿਆਰੇ ਕਿੱਥੋਂ ਇਹ ਸਾਡੇ ਹਿੰਦੂ ਧਰਮ ਦਾ ਬਹੁਤੇ ਸਥਾਨ ਸਨ ਜਿਹੜੇ ਤੀਰਥ ਸਨ ਜਿਹੜਾ ਲਾਹੌਰ ਸੀ ਲਾਹੌਰ ਦੇ ਰਹਿਣ ਵਾਲੇ ਭਾਈ ਦਇਆ ਰਾਮ ਜਾਤ ਦੇ ਖੱਤਰੀ ਲਾਹੌਰ ਸ਼ਹਿਰ ਇਹ ਗੁਰੂ ਰਾਮ ਚੰਦਰ ਦੇ ਵੱਡੇ ਪੁੱਤਰ ਲਵ ਦੇ ਨਾਂ ਤੇ ਹੈ ਬਿਦਰ ਦਾ ਸ਼ਹਿਰ ਸੀ ਜਗਨਨਾਥਪੁਰੀ ਭਾਈ ਹਿੰਮਤ ਰਾਏ ਜਗਨਨਾਥਪੁਰੀ ਉੜੀਸਾ ਦੇ ਰਹਿਣ ਵਾਲੇ ਸਨ ਇੱਕ ਵਾਰੀ ਕਹਿ ਦਿਓ ਵਾਹਿਗੁਰੂ ਇੱਥੇ ਜਗਨਨਾਥ ਭਗਵਾਨ ਦਾ ਮੰਦਿਰ ਪੈਂਦਾ ਹੈ ਭਾਈ ਧਰਮ ਚੰਦ ਦਿੱਲੀ ਦੇ ਰਹਿਣ ਵਾਲੇ ਸਨ ਦਿੱਲੀ ਦਾ ਮਹਾਰਾਜਾ ਹੋਇਆ ਬੜਾ ਧਰਮਾਤਮਾ ਜਿਹਦਾ ਨਾਂ ਦਲੀਪ ਸਿੰਘ ਸੀ ਦਿੱਲੀ ਦਲੀਪ ਸਿੰਘ ਦਾ ਨਾਂ ਤੇ ਹੈ ਪੰਜੇ ਪਿਆਰੇ ਅਸਲ ਵਿੱਚ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਨੇ ਸਮੁੱਚੇ ਹਿੰਦੁਸਤਾਨ ਨੂੰ ਜਗਾ ਕੇ ਰਹਿ ਦਿੱਤਾ ਸੀ ਇੱਕ ਵਾਰੀ ਕਹਿ ਦਿਓ ਵਾਹਿਗੁਰੂ ਇੱਕ ਵਾਰੀ ਫਿਰ ਕਹਿ ਦਿਓ ਵਾਹਿਗੁਰੂ ਭਰਾਵੋ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਜਾਤਾਂ ਪਾਤਾਂ ਕੱਟ ਕੇ ਇੱਕ ਬਣਾਇਆ ਇੱਕ ਵਾਰੀ ਕਹਿ ਦਿਓ ਵਾਹਿਗੁਰੂ ਇੱਕ ਬਣਾਇਆ ਇੱਕ ਇੱਕ
ਉੱਥੇ ਜਰਾ ਧਿਆਨ ਦੇਣਾ ਪਵੇਗਾ। ਪੰਜੇ ਪਿਆਰੇ ਪੰਜਾਂ ਜਾਤਾਂ ਨਾਲ ਭਾਈ ਦਇਆ ਰਾਮ ਜਾਤ ਦੇ ਖੱਤਰੀ ਸਨ, ਭਾਈ ਧਰਮ ਚੰਦ ਜਾਤ ਦੇ ਜੱਟ ਸਨ, ਭਾਈ ਮੋਕਮ ਚੰਦ ਜਾਤ ਦੇ ਸ਼ੀਪੇ ਸਨ, ਭਾਈ ਸਾਹਿਬ ਚੰਦ ਜਾਤ ਦੇ ਨਾਈ ਸਨ, ਭਾਈ ਹਿੰਮਤ ਰਾਏ ਜਾਤ ਦੇ ਝੀਵਰ ਸਨ, ਮਾਫ ਕਰਨਾ ਸਰਬੰਸ ਵਾਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆ ਬਠਿੰਡੇ ਦੇ ਇਲਾਕੇ ਵਿੱਚ ਪੁੱਜਣਾ, ਦਮਦਮਾ ਸਾਹਿਬ ਦਾ ਇਲਾਕਾ, ਸ਼ਾਮ ਦਾ ਸਮਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸਾ ਦਾ ਸਮੇਤ ਬੈਠੇ ਨੇ। ਇਸ ਇਲਾਕੇ ਦੇ ਰਹਿਣ ਵਾਲਾ ਭਾਈ ਡੱਲਾ ਚੌਧਰੀ 500 ਸ਼ਸਤਰ ਧਾਰੀ, ਇਹਦਾ ਨੌਕਰ ਹਰ ਸਮੇਂ ਦੀ ਸੇਵਾ ਚ ਹਾਜ਼ਰ ਰਹਿੰਦਾ, ਸੀ ਹੱਥ ਚ ਬੰਦੂਕ ਲੈ ਕੇ ਨਾ ਦਰਸ਼ਨ ਭੇਟਾ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਆਇਆ, ਮਹਾਰਾਜ ਦੇ ਚਰਨਾਂ ਚ ਬੰਦੂਕ ਰੱਖ ਕੇ ਮੱਥਾ ਟੇਕਿਆ ਤੇ ਲੱਗਾ ਫੜਾ ਮਾਰਨ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਲੱਗਾ ਫੋਕੀਆਂ ਫੜਾ ਮਾਰਨ, ਬੇਨਤੀ ਕੀਤੀ ਕਣਕੀਆਂ ਵਾਲਿਆ ਸਾਡੇ ਇਲਾਕੇ ਦੇ ਚਰਨ ਪਏ ਨੇ, ਬੜੀ ਕਿਰਪਾ ਕੀਤੀ, ਮੈਨੂੰ ਪਤਾ ਲੱਗਾ ਬਾਦਸ਼ਾਹ ਔਰੰਗਜ਼ੇਬ ਨੇ ਤੁਹਾਡਾ ਸਾਰਾ ਸਰਪੰਚ ਸ਼ਹੀਦ ਕਰ ਦਿੱਤਾ, ਮਹਾਰਾਜ ਕਿਤੇ ਸੇਵਾ ਦਾ ਮੌਕਾ ਦਿੰਦਾ ਕਿਤੇ ਯਾਦ ਕਰਦਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਇੱਕ ਵਾਰੀ ਫੇਰ ਕਹਿ ਦਿਓ ਵਾਹਿਗੁਰੂ, ਕਿਤੇ ਯਾਦ ਕਰਦਾ ਕਿਤੇ ਸੇਵਾ ਦਾ ਮੌਕਾ ਦਿੰਦਾ। ਮੇਰੇ ਨਾਲ ਮੇਰਾ 500 ਸ਼ਸਤਰ ਧਾਰੀ ਨੌਕਰ ਹਰ ਸਮੇਂ ਮੇਰੀ ਸੇਵਾ ਲਈ ਤਿਆਰ ਪਰ ਤਿਆਰ ਹਾਜ਼ਰ ਰਹਿੰਦਾ, ਕਿਤੇ ਮੌਕਾ ਦਿੰਦਾ ਜੰਗ ਦੇ ਮੈਦਾਨ ਚ ਹੱਥ ਵਿਖਾਉਂਦੇ। ਮਾਰਨ ਲੱਗੇ ਕਹਿੰਦਾ ਡੱਲੀਆ ਇਹਨਾਂ ਭੇਡਾਂ ਬੱਕਰੀਆਂ ਦੇ ਵੱਗ ਦਾ ਮਾਣ ਕਰਦਾ, ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਇਹਨਾਂ ਭੇਡਾਂ ਬੱਕਰੀਆਂ ਦੇ ਵੱਗ ਦਾ ਮਾਣ ਕਰਦਾ। ਆਖਿਆ ਜੀ ਕਦੀ ਮੌਕਾ ਦਿੰਦੇ ਅਜਮਾ ਕੇ ਵੇਖਦੇ, ਮਹਾਰਾਜ ਨੇ ਆਖਿਆ ਡੱਲੀਆ ਮੇਰੀ ਜ਼ਿੰਦਗੀ ਚ ਇੱਕ ਤੂੰ ਇੱਕ ਸਮੇਂ ਆਏ, ਇੱਕ ਸਮਾਂ ਐਸਾ ਵੀ ਆਇਆ ਸੀ ਚਮਕਾਰ ਦੀ ਗੜੀ ਵਿੱਚ, ਰਾਤ ਜੰਗ ਬੰਦ ਪੈ ਰਾਤ ਭਾਜਨ ਧਨ ਸਿਖਰਾ, ਬੰਦ ਪੈ ਰਾਤ ਭਾਜਨ ਧਨ ਸਿਖਰਾ, ਫਰਦੀ ਆਪਣੇ ਤੀਰ ਪਈ ਮਾਰਦੀ ਸੀ ਮੇਰਾ 40 ਸੰਘ ਉਹ ਵੀ 6-6 ਮਹੀਨੇ ਦੀਆਂ ਭੁੱਖਾਂ ਨੇ ਮਾਰੇ। ਮਾਫ ਕਰਨਾ ਅੱਧੀ ਰਾਤ ਦਾ ਸਮਾਂ ਕਿਤੇ ਟਾਵੀ ਟਾਵੀ ਗੋਲੀ ਚੱਲਦੀ ਸੀ, ਦੋਨੋਂ ਪਾਸਿਓਂ ਫੈਰ ਹੁੰਦਾ ਸੀ, ਸ਼ਾਰ ਨੇ ਕੁਝ ਲੈਣਾ ਲਿਖੀਆਂ ਨੇ ਮੇਰੇ ਸ਼ਹਿਨ ਸ਼ਾਹ ਤੰਬੂ ਚੋ ਬਾਦਾ ਹੈ, ਸ਼ਹਿਨ ਸ਼ਾਹ ਤੰਬੂ ਚੋ ਹਾਲਤ ਦੱਸਾਂ ਚੋ ਸੱਚੀ ਸਰ ਕਾਰਦੀ ਸੀ। ਮਾਫ ਕਰਨਾ ਅੰਦਰ 40 ਸਿੰਘ ਵੱਡੇ ਸਾਹਿਬਜ਼ਾਦ ਮੇਰੇ ਨਾਲ ਸਨ, 10 ਲੱਖ ਦੀ ਤੁਰਕ ਫੌਜ ਦਾ ਘੇਰਾ ਸੀ। ਡੱਲੀਆ 500 ਭੇਡਾਂ ਬੱਕਰੀਆਂ ਨੇ ਵੱਗ ਦਾ ਮਾਣ ਕਰਦਾ, ਸਾਨੂੰ ਤੱਕ ਅਜੀਤ ਚਾਰ ਸਿੰਘ ਸਾਵੇਂ ਤੱਕ ਅਜੀਤ ਸਤਿਗੁਰੂ ਕਰਦੇ ਗੱਲ ਵਿਚਾਰ ਦਿੱਤੀ। 40 ਕੋਲ ਹੈ ਸਣ 5-7 ਰਹਿ ਗਏ ਤੇ ਲੜ ਕੇ ਹੋ ਸ਼ਹੀਦ ਗਏ ਮਨ ਮੇਰੇ, ਇਹ ਜੋ ਫੁੱਲ ਗੁਲਾਬ ਦੇ ਤੱਕਦਾ ਹੈ ਇਹ ਵੀ ਕੋਲ ਨਹੀਂ ਰਹਿਣਗੇ ਕੱਲ ਤੇਰੇ,
ਮਰੀਦ ਹੋਏ ਬੱਲੇ 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 ਖਾਲਸਾ ਜੀ ਜਿਵੇਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਇੱਕ ਵਾਰੀ ਕਹਿ ਦੇ ਵਾਹਿਗੁਰੂ ਸਿੱਖਾਂ ਦੇ ਵਿੱਚ ਪਹਿਲੀ ਸ਼ਹੀਦੀ ਭਾਈ ਮਤੀ ਦਾਸ ਤੇ ਭਾਈ ਸੱਤੀ ਦਾਸ ਦੇ ਇਵੇਂ ਗੁਰੂ ਗੋਬਿੰਦ ਸਿੰਘ ਨੇ 14 ਲੜਾਈਆਂ ਜ਼ੁਲਮ ਦੇ ਖਿਲਾਫ ਲੜੀਆਂ ਪਹਿਲਾ ਜੰਗ ਪੌਂਟੇ ਭੰਗਾਣੀ ਦਾ ਉਹ ਜਿਹਦੇ ਵਿੱਚ ਆਪਣੇ ਦੋ ਪੁੱਤਰ ਪੰਜ ਭਰਾ ਤੇ 500 ਮਰੀਦ ਸ਼ਹੀਦ ਕਰਾਉਣ ਵਾਲੇ ਉਹ ਸਾਈਂ ਬਦੂਸ਼ਾ ਜਾਤੇ ਮੁਸਲਮਾਨ ਸਨ ਕਰਤਾ ਜੀ ਜਾਤੇ ਮੁਸਲਮਾਨ ਸਨ ਮੁੱਕਦੀ ਗੱਲ ਕੀ ਜਦੋਂ ਪੰਜਾਬੇ ਤੇ ਗੁਲਾਬੇ ਵਰਗੇ ਸਿੱਖ ਮਾਫ ਕਰਨਾ ਸਮੇਂ ਦੀ ਘੁੰਮਤ ਤੋਂ ਡਰਦੇ ਮਾਰੇ ਇਹਨਾਂ ਦੇ ਘਰੇ ਗੁਰੂ ਸਾਹਿਬ ਠਹਿਰੇ ਸਨ ਕਹਿੰਦੇ ਜੀ ਤੁਸੀਂ ਜਾਣਾ ਹੋਵੇਗਾ ਉਹ ਗੰਨੀ ਖਾਂ ਤੇ ਨਬੀ ਖਾਂ ਵਰਗੇ ਉਹ ਜਦੋਂ ਪਾਤਸ਼ਾਹ ਉੱਚਦੇ ਪੀਰ ਬਣ ਕੇ ਨਿਕਲੇ ਇਹਨਾਂ ਨੇ ਗੁਰੂ ਸਾਹਿਬ ਦੀ ਪਾਲਕੀ ਨੂੰ ਕੰਧੇ ਦਿੱਤੇ ਬੇਨਤੀ ਕੀਤੀ ਸੀ ਕਲਗੀਆਂ ਵਾਲਿਆ ਸਾਨੂੰ ਸੇਵਾ ਦਾ ਮੌਕਾ ਦਿਓ ਅਸੀਂ ਆਪਣੀਆਂ ਜਾਨਾਂ ਦੇ ਖੇਡ ਕੇ ਤੁਹਾਡੀ ਸੇਵਾ ਕਰਾਂਗੇ ਇੱਕ ਵਾਰੀ ਕਹਿ ਦਿਓ ਕਲਗੀਧਰ ਪਾਤਸ਼ਾਹ ਨੇ ਆਖਿਆ ਜੀ ਕਿ ਮੈਂ ਦਿਹਾੜੇ ਥੋੜੇ ਕੱਟਣ ਵਾਸਤੇ ਆਇਆ ਉਹ ਰਾਏਕੋਟ ਦੇ ਇਲਾਕੇ ਚ ਰਾਏ ਕੱਲੇ ਤੇ ਪਾਸ ਪੁੱਜਣਾ ਇੱਥੋਂ ਹੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪਤਾ ਕਰਨਾ ਮੁੱਕਦੀ ਗੱਲ ਕੀ ਅੱਗੇ ਅੱਗੇ ਨਾ ਜਾਈਏ ਸੌ ਸਮਾਂ ਥੋੜਾ ਤੀਨਾ ਕਾਂਗੜ ਦੀ ਧਰਤੀ ਤੋਂ ਬੜੇ ਬੜੇ ਮੁਸਲਮਾਨ ਗੁਰੂ ਘਰ ਦੇ ਮਰੀਦ ਹੋਏ ਇੱਕ ਵਾਰੀ ਕਹਿ ਦੇ ਤੀਨਾ ਕਾਂਗੜ ਦੀ ਧਰਤੀ ਤੇ ਪੁੱਜਣਾ ਜਿੱਥੇ ਜਫਰੇ ਨਾਮਾ ਲਿਖਿਆ ਇਹ ਗੱਲਾਂ ਜਰਾ ਦੋ ਕੁ ਮਿੰਟ ਦੀ ਵਿਚਾਰ ਆਪਾਂ ਭੂਗੜੇ ਪਾਸੇ ਚਲੀਏ ਕਹਿੰਦਾ ਸਮਾਂ ਬਣਿਆ ਕਿਹਦਾ ਨਾਂ ਨੀ ਬਾਲਮੀਕ ਸੁਪਚਾਰੋ ਤਰਿਓ ਬਾਲਮੀਕ ਸੁਪਚਾਰੋ ਤਰਿਓ ਗੁਰਬਾਣੀ ਚ ਕਿਹਾ ਉਹ ਰਿਸ਼ੀ ਬਾਲਮੀਕੀ ਜਿਹਨੇ ਸ਼੍ਰੀ ਰਾਮ ਚੰਦਰ ਦੇ ਅਵਤਾਰ ਧਾਰਨ ਤੋਂ ਪਹਿਲਾਂ 10,000 ਸਾਲ ਪਹਿਲਾਂ ਰਮਾਇਣ ਉਚਾਰਨ ਕਰ ਦਿੱਤੀ ਖਾਲਸਾ ਰਮਾਇਣ ਉਚਾਰਨ ਕਰ ਦਿੱਤੀ ਰਮਾਇਣ ਉਸ ਰਮਾਇਣ ਨੂੰ ਹਿੰਦੂ ਮਤ ਦੇ ਲੋਕੀ ਉਸੇ ਰਮਾਇਣ ਦਾ ਹੀ ਪ੍ਰਚਾਰ ਕੀਤਾ ਜਾਂਦਾ ਮੰਦਰਾਂ ਦੇ ਵਿੱਚ ਇੱਕ ਵਾਰੀ ਕਹਿੰਦੇ ਵਾਹ ਮਾਫ ਕਰਨਾ ਹੋਏ ਸੱਜਣੋ ਇੱਥੇ ਗੱਲ ਜਾਤਾਂ ਦੀ ਨਹੀਂ ਹੈ ਇੱਕ ਵਾਰੀ ਫਿਰ ਕਹਿ ਦਿਓ ਤੀਨਾ ਕਾਂਗੜ ਦੀ ਧਰਤੀ ਤੋਂ ਜਰਾ ਧਿਆਨ ਦੇਣਾ ਪਵੇਗਾ ਇਨਸਾਨ ਇਨਸਾਨ ਹੈ
गुरु साहब ने इंसानियत की गल की है। मैं कल्फ नाम का अंग्रेज लिखता है लिखता जे गुरु गोबिंद सिंह लंडन की धरती से अवतार धारण करता कहता मूर्ख सिख कहता किसी ने सिख ही बनाना सी आप ही सिख नहीं बन सके कहता सी सारी दुनिया सिखा की बना देंगे खालसा जी जे कभी लंडन की धरती से गुरु गोबिंद सिंह अवतार धारण कर लेंदा दीना कांगड़ की धरती तो बल्ले 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 तुम मैं की सुनावा समा मेरे को बहुत थोड़ा है वो सात संगत जी सारे बाल पढ़िया करो एक बार कह दे सारे गुरु घर आया करो फिर कह दे सारे तुसी नेत्रम करया करो फिर कह दे वाहेगुरू मुकदी गल की सात संगत जी किते मौका मिलिया तो इस पिंड च कीर्तन हो रखांगे फिर तुहानू दसांगे कि हिंदुस्तान नू 850 साल विदेशी ताकतां दा गुलाम क्यों रहना पिया माफ करना भरावां वर्गे रिश्ते चार सियां च वंड दित्ते गए एक बार कह दो चार सियां च एक नूं कहता गया तू ब्राह्मण है दूजे नूं कहता तू खत्री है तू राज कर सकदा तू पढ़ा नहीं सकदा तीजे नूं कहता गया तू बैस है तू नाम जप सकदा कि जपा नहीं सकदा चौथा रब दा बंदा उहनूं शूद्र कह के दुरकार दित्ता गया पर गुरु गोबिंद सिंह कड़ता कास्ट कलर एंड क्रीड गुरु गोबिंद सिंह ने जातां पातां नूं कट्टिया ते सानूं सारिआं नूं इक्को बना दित्ता ਸਾਨੂੰ ਸਾਰਿਆਂ ਨੂੰ ਇੱਕੋ ਬਣਾ ਦਿੱਤਾ ਤੀਨਾ ਕਾਂਗੜ ਦੀ ਧਰਤੀ ਤੇ ਪੁੱਜਣਾ ਤੇ ਇੱਥੇ ਜਫਰੇ ਨਾਮਾ ਲਿਖਣਾ ਸਾਰਾ ਅਰਬੀ ਤੇ ਫਾਰਸੀ ਚ ਹੈ ਪਰ ਦਾਸ ਤੁਹਾਨੂੰ ਥੋੜਾ ਜਿਹਾ ਚੱਲਣਾ ਪਾਉਣਾ ਚਾਹੁੰਦਾ ਹੈ ਇੱਥੇ ਗੁਰੂ ਸਾਹਿਬ ਨੇ ਬਾਦਸ਼ਾਹ ਰੰਗਜੇਬ ਨੂੰ ਜਫਰੇ ਨਾਮਾ ਜਿਹਨੂੰ ਕਹਿੰਦੇ ਫਤਿਹ ਦੀ ਚਿੱਠੀ ਜਫਰੇ ਨਾਮਾ ਲਿਖਿਆ ਆਖਿਆ ਬਾਦਸ਼ਾਹ ਰੰਗਜੇਬ ਮੈਂ ਨਹੀਂ ਸੀ ਚਾਹੁੰਦਾ ਮੈਂ ਤਲਵਾਰ ਚੱਕਾਂ ਸਾਰੇ ਪੜੋ ਮੈਂ ਨਹੀਂ ਸੀ ਚਾਹੁੰਦਾ ਸਾਰੇ ਕੋਲ ਮੈਂ ਨਹੀਂ ਸੀ ਚਾਹੁੰਦਾ ਮੈਂ ਤਲਵਾਰ ਚੱਕਾਂ ਮੈਂ ਨਹੀਂ ਸੀ ਚਾਹੁੰਦਾ ਮੈਂ ਤਲਵਾਰ ਚੱਕਾਂ ਮੈਂ ਚਾਹੁੰਦਾ ਸਾਂ ਤੈਨੂੰ ਪਿਆਰ ਦੇ ਜ਼ਰੀਏ ਸਮਝਾ ਲੈਂਦਾ ਬਾਦਸ਼ਾਹ ਰੰਗਜੇਬ ਮੈਨੂੰ ਇਹ ਵੀ ਪਤਾ ਸੀ ਕਿ ਪਿਆਰ ਦਾ ਅਸਰ ਫੁੱਲ ਦਿਲ ਹਿਰਦੇ ਤੋਂ ਹੁੰਦਾ ਹੈ ਪੱਥਰ ਦਿਲ ਹਿਰਦੇ ਤੇ ਪਿਆਰ ਦਾ ਕੋਈ ਅਸਰ ਨਹੀਂ ਹੁੰਦਾ ਤੇਰੇ ਪੱਥਰ ਦਿਲ ਹਿਰਦੇ ਨੇ ਬਾਦਸ਼ਾਹ ਰੰਗਜੇਬ ਮੈਨੂੰ ਤਲਵਾਰ ਚੱਕਣ ਲਈ ਮਜਬੂਰ ਕੀਤਾ ਕਹਿੰਦੇ ਬਾਦਸ਼ਾਹ ਰੰਗਜੇਬ ਕੀ ਹੋ ਗਿਆ ਜੇ ਮੇਰੇ ਸਿੱਖ ਸ਼ਹੀਦ ਹੋ ਗਏ ਨੇ ਕੀ ਹੋ ਗਿਆ ਮੇਰੇ ਪੁੱਤ ਸ਼ਹੀਦ ਹੋ ਗਏ ਨੇ ਬਾਦਸ਼ਾਹ ਰੰਗਜੇਬ ਤੇਰੇ ਵਾਸਤੇ ਮੈਂ ਕੁੰਡਲੀ ਦਾਰ ਸੱਪ ਛੱਡ ਦਿੱਤੇ ਨੇ ਜਿਹੜੇ ਤੈਨੂੰ ਸੁੱਖ ਦੀ ਨੀਂਦ ਨਹੀਂ ਸੌਣ ਦੇਣਗੇ ਬਾਦਸ਼ਾਹ ਰੰਗਜੇਬ ਮੈਂ ਸੁਣਿਆ ਇੱਕ ਵਾਰੀ ਕਹਿ ਦਿਓ ਵਾਹਿਗੁਰੂ ਇੱਕ ਵਾਰੀ ਫਿਰ ਕਹਿ ਦਿਓ ਵਾਹਿਗੁਰੂ ਮੈਂ ਸੁਣਿਆ ਕਿ ਤੂੰ ਕੁਰਾਨ ਸ਼ਰੀਫ ਤੇ ਹਜ਼ਰਤ ਮੁਹੰਮਦ ਦੀ ਕਸਮ ਖਾਧੀ ਆ ਕਿ ਮੈਂ ਸਾਰੇ ਹਿੰਦੁਸਤਾਨ ਦੇ ਵਿੱਚ ਇਸਲਾਮ ਦਾ ਝੰਡਾ ਝੁਲਾ ਦੇਣਾ ਮੈਂ ਤੈਨੂੰ ਪੁੱਛਣਾ ਚਾਹੁੰਦਾ ਕਿ ਤੇਰੀ ਕੁਰਾਨ ਸ਼ਰੀਫ ਦੇ ਕਿਹੜੇ ਪੰਨਿਆਂ ਤੇ ਲਿਖਿਆ ਕਿ ਮੇਰੇ 7 ਤੇ 9 ਸਾਲ ਦੇ ਮਸੂਮਾਂ ਨੂੰ ਸਰਹੰਦ ਦੀ ਖੂਨੀ ਦੀਵਾਰ ਚਿਣ ਕੇ ਮਾਰ ਦਿੱਤਾ ਜਾਏ ਬਾਦਸ਼ਾਹ ਰੰਗਜੇਬ ਤੇਰੀ ਕੁਰਾਨ ਸ਼ਰੀਫ ਤੇ ਕਿਸ ਪੰਨੇ ਤੇ ਲਿਖਿਆ ਕਿ ਮੇਰੇ 40 ਸਿੰਘ ਮੁਕਾਬਲਾ 150 ਦਾ ਹੁੰਦਾ 200-500 ਦਾ ਹੁੰਦਾ ਪਰ ਕਿਸ ਪੰਨੇ ਤੇ ਲਿਖਿਆ ਕਿ ਮੇਰੇ 40 ਸਿੱਖ ਉਹਨਾਂ ਤੇ ਵੀ 10 ਲੱਖ ਦੀਆਂ ਦੀ ਗਿਣਤੀ ਦੀਆਂ ਤੁਰਕ ਫੌਜਾਂ ਦੀ ਚੜ੍ਹਾਈ ਕਰ ਦਿੱਤੀ ਜਾਏ ਬਾਦਸ਼ਾਹ ਰੰਗਜੇਬ ਮੈਂ ਤੈਨੂੰ ਪੁੱਛਣਾ ਚਾਹੁੰਦਾ ਮੇਰਾ ਚਿੱਤ ਕਰਦਾ ਸੀ ਤੈਨੂੰ ਜੰਗ ਦੇ ਮੈਦਾਨ 'ਚ ਵੇਖਦੇ ਪਰ ਤੂੰ ਜੰਗ ਦੇ ਮੈਦਾਨ 'ਚ ਆਇਆ ਹੀ ਨਹੀਂ ਜੇ ਤੂੰ ਇੱਕ ਵਾਰੀ ਜੰਗ ਦੇ ਮੈਦਾਨ 'ਚ ਆ ਕੇ ਨਾ ਜਿਉਂਦਾ ਵਾਪਸ ਦਿੱਲੀ ਪਹੁੰਚ ਜਾਂਦਾ ਤੇ ਮੇਰਾ ਨਾਮ ਵੀ ਗੁਰੂ ਗੋਬਿੰਦ ਸਿੰਘ ਨਹੀਂ ਸੀ ਮੈਂ ਬਾਦਸ਼ਾਹ ਰੰਗਜੇਬ ਸੁਣਿਆ ਹੈ ਇੱਕ ਵਾਰੀ ਕਹਿ ਦਿਓ ਵਾਹਿਗੁਰੂ ਮੈਂ ਸੁਣਿਆ ਕਿ ਤੂੰ ਹਜ਼ਰਤ ਮੁਹੰਮਦ ਦੇ ਕੁਰਾਨ ਸ਼ਰੀਫ ਦੀ ਕਸਮ ਖਾਧੀ ਆ ਕਿ ਮੈਂ ਭਾਰਤੀ ਧਰਤੀ ਦੇ ਕਿਸੇ ਦੂਜੇ ਧਰਮ ਦਾ ਦੀਵਾ ਨਹੀਂ ਜਗਣ ਦੇਣਾ ਬਾਦਸ਼ਾਹ ਰੰਗਜੇਬ ਮੈਂ ਤੈਨੂੰ ਪੁੱਛਣਾ ਚਾਹੁੰਦਾ ਤੂੰ ਇੰਨੇ ਬਦੋਸ਼ੇ ਹਿੰਦੂਆਂ ਦੇ ਕਤਲ ਕਰ ਰਿਹਾ ਜੇ ਖੁਦਾ ਨੂੰ ਅੱਲਾਹ ਤਾਲਾ ਨੂੰ ਜੇ ਮੁਸਲਮਾਨ ਹੀ ਪਿਆਰੇ ਹੁੰਦੇ ਉਹਨੂੰ ਹਿੰਦੂ ਪੈਦਾ ਕਰਨ ਦੀ ਕੀ ਲੋੜ ਸੀ ਮਾਫ਼ ਕਰਨਾ ਬਾਦਸ਼ਾਹ ਰੰਗਜੇਬ ਮੈਂ ਤੈਨੂੰ ਪੁੱਛਣਾ ਚਾਹੁੰਦਾ ਬਾਦਸ਼ਾਹ ਰੰਗਜੇਬ ਜਰਾ ਧਿਆਨ ਦੇਣਾ ਪਵੇਗਾ ਮੈਂ ਸੁਣਿਆ ਕਿ ਤੂੰ ਆਪਣੀ ਟੋਪੀ ਤੱਕ ਵੀ ਆਪ ਸੀਂਦਾ ਸ਼ਾਹੀ ਖਜ਼ਾਨੇ ਵਿੱਚੋਂ ਜਿਹੜੇ ਤੇਰੇ ਨੇਤਰੋਜ ਦੀ ਵਰਤੋਂ ਵਾਸਤੇ ਖਰਚ ਹੁੰਦਾ ਉਹ ਪੈਸੇ ਨਹੀਂ ਵਰਤਦਾ ਸ਼ਰ੍ਹਾਂ ਦੀਆਂ ਕਿਤਾਬਾਂ ਲਿਖ ਲਿਖ ਕੇ ਵੇਚਦਾ ਉਹਨਾਂ ਤੋਂ ਜੋ ਆਮਦਨੀ ਹੁੰਦੀ ਉਹਦੇ ਨਾਲ ਗੁਜ਼ਾਰਾ ਕਰਦਾ ਬਾਦਸ਼ਾਹ ਰੰਗਜੇਬ ਤੂੰ ਫਿਰ ਵੀ ਮੁਸਲਮਾਨ ਨਹੀਂ ਹੈ ਬਾਦਸ਼ਾਹ ਰੰਗਜੇਬ ਮੁਸਲਮਾਨ ਦਾ ਤੇ ਬੜਾ ਨਰਮ ਦਿਲ ਹੁੰਦਾ ਪੜੋ ਜਰਾ ਬਾਣੀ ਤੈਨੂੰ ਪਤਾ ਤੇ ਲੱਗੇ ਨਾ ਗੁਰਬਾਣੀ ਕੀ ਹੈ ਮੁਸਲਮਾਨ ਮੋਮ ਦਿਲ ਹੋਵੇ
मुसलमान मोम दिल होवे, मुसलमान मोम दिल होवे, अंतर की मल दिल ते तोवे, अंतर की मल दिल ते तोवे। तनु दसा मुसलमान केड़े सन मारे कहंदे तू किसे नु मुसलमान की बनाउणा सी, तू आप मुसलमान नहीं बन सकया ओए जदों पंजवे पातशाह ततियां तमियां ते बैठे ने। हा दा नारा मारन वाले साई मियां वीर जात दे मुसलमान सन। बादशाह रंगजेब जो मेरा पहला पंटे पंगाणी दा जंग रब नु पहुंचिया सैयद पीर बुद्धू शाह जात दे मुसलमान सन, जिन्होंने बेइंसाफी धक्के शाही ते जालम दा साथ छड के साडा साथ दित्ता, ओ मुसलमान सन। ओ जदों मेरे फरियाद सरहंद दी खोनी दवार चढ़े जा रहा सन, माफ करना उस समय हा दा नारा मारन वाले मलेर कोटले दे दो भरा जाते मुसलमान सन। बादशाह रंगजेब जदों सी उच दे पीर बन के निकले, गनी खान नबी खान जादा मुसलमान सन, बादशाह जिन्हां ने साडा साथ दित्ता। बादशाह रंगजेब तू कहना मैं सारिआं नूं माफ करना, हिंदुस्तान दी धरती ते वसण वालिआं नूं मैं मुसलमान बना दियांगा, लै आवांगा, तो किसे नूं मुसलमान की बनाउणा होए तू तां आप ही मुसलमान नहीं बन सकिआ। सतसंग जी अव्वल अल्लों नूर उपाया कुदरत के सबंदे एक नूर ते सब जग उपजियो कौन भले को मंदे। एक सेठ दे तीन नौकर सन, मैं समाप्ति वाले पासे चलना, जेठ दा महीना सी, सेठ नूं ना बड़ा बिजनेस च फायदा हो गया ते एक पंजाबी सी एक राजस्थानी सी ते एक सी हिंदू, उन्हां तिन्नां नूं कहिंदा वी मैं चलिया शहर, एक एक सी अंग्रेज ਉਹ ਲੱਗਾ ਕਹਿਣ ਵੀ ਮੈਂ ਤੁਹਾਡੇ ਇੱਕ ਦਸ ਹਜ਼ਾਰ ਰੁਪਇਆ ਇਨਾਮ ਦਿੱਤਾ ਅਤੇ ਕਹਿੰਦਾ ਮੈਂ ਸ਼ਹਿਰ ਚੱਲਿਆ ਤੁਹਾਡੇ ਖਾਣ ਵਾਸਤੇ ਸਪੈਸ਼ਲ ਚੀਜ਼ ਲਿਆਉਣੀ ਚਾਹੁੰਦਾ। ਉਹ ਹਦਵਾਣਿਆਂ ਦੀ ਰੁਚੀ ਸੀ, ਸਾਰਿਆਂ ਨੂੰ ਪੁੱਛਿਆ ਵੀ ਤੁਸੀਂ ਕੀ ਖਾਣਾ ਪਸੰਦ ਕਰੋਗੇ। ਅੰਗਰੇਜ਼ ਕਹਿੰਦਾ ਮੁੰਜੇ ਵਾਟਰ ਮਿਲੀਅਨ ਚਾਹੀਦਾ, ਆਈ ਵਾਂਟ ਵਾਟਰ ਮਿਲੀਅਨ। ਵਾਟਰ ਮਿਲੀਅਨ ਹਦਵਾਣੇ ਨੂੰ ਕਹਿੰਦੇ ਨੇ ਅਤੇ ਜਿਹੜਾ ਹਿੰਦੂ ਸੀ ਉਹ ਕਹਿੰਦਾ ਮੁੰਜੇ ਤਰਬੂਜ ਚਾਹੀਏ, ਤੀਸਰਾ ਬੋਲਿਆ ਮੁੰਜੇ ਮਤੀਰਾ ਚਾਹੀਏ। ਮਾਫ ਕਰਨਾ ਪੰਜਾਬੀ ਨੂੰ ਪੁੱਛਿਆ, ਉਹ ਕਹਿੰਦਾ ਮੈਨੂੰ ਹਦਵਾਣਾ ਚਾਹੀਦਾ। ਉਹ ਚਾਰੇ ਜੇ ਲੜਨ ਲੱਗ ਪਏ, ਕਹਿੰਦਾ ਹਦਵਾਣਾ ਚਾਹੀਦਾ, ਉਹ ਕਹਿੰਦਾ ਵਾਟਰਮੈਲਨ ਚਾਹੀਦਾ, ਉਹ ਕਹਿੰਦਾ ਤਰਬੂਜ ਚਾਹੀਦਾ, ਉਹ ਕਹਿੰਦਾ ਮਤੀਰਾ ਚਾਹੀਦਾ। ਚਾਰੇ ਜਣੇ ਲੜਨ ਲੱਗ ਗਏ, ਸ਼ੇਰ ਸਾਰੀਆਂ ਬੋਟੀਆਂ ਜਾਣਦਾ ਸੀ, ਕਹਿਣ ਲੱਗਾ ਠਹਿਰੋ ਜੋ ਤੁਹਾਨੂੰ ਚਾਹੀਦਾ ਨਾ ਉਹ ਮਿਲ ਜਾਏਗਾ। ਉਹਨੇ ਚਾਰ ਹਦਵਾਣੇ ਖਰੀਦੇ ਅਤੇ ਲਿਆ ਕੇ ਟੇਬਲ 'ਤੇ ਰੱਖ ਦਿੱਤੇ ਅਤੇ ਚਾਰਾਂ ਨੌਕਰਾਂ ਬੁਲਾਇਆ। ਜਦੋਂ ਚਾਰਾਂ ਨੌਕਰਾਂ ਬੁਲਾਇਆ ਕਹਿੰਦਾ ਵੀ ਆ ਆਪਣੀ ਆਪਣੀ ਜਿਹੜੀ ਮਨਪਸੰਦ ਚੀਜ਼ ਮੰਗਾਈ ਸੀ ਤੁਸੀਂ ਉਹ ਮੈਂ ਲੈ ਗਿਆ ਚੱਕ ਲਓ। ਪੰਜਾਬੀ ਨੇ ਕਢਵਾਣਾ ਚੁੱਕ ਲਿਆ, ਅੰਗਰੇਜ਼ ਨੇ ਵਾਟਰ ਮਿਲੀਅਨ ਕਹਿੰਦਾ ਸੀ, ਅੱਖਰਾਂ ਦਾ ਹੀ ਫਰਕ ਸੀ, ਉਹਨੇ ਵਾਟਰ ਮਿਲੀਅਨ ਫੜ ਲਿਆ ਅਤੇ ਜਿਹੜਾ ਰਾਜਸਥਾਨੀ ਸੀ ਉਹਨੇ ਤਰਬੂਜ ਫੜ ਲਿਆ, ਜਿਹੜਾ ਦੂਜਾ ਸੀ ਮਤੀਰਾ ਫੜ ਲਿਆ। ਉਹ ਚਾਰੇ ਜਣੇ ਕਹਿੰਦੇ ਯਾਰ ਤੁਸੀਂ ਪੰਜਾਬੀ ਕਹਿੰਦਾ ਤੁਸੀਂ ਵਾਟਰ ਮਿਲੀਅਨ ਕਹਿੰਦੇ ਹੋ, ਅੰਗਰੇਜ਼ ਕਹਿੰਦਾ ਤੁਸੀਂ ਇਹਨੂੰ ਹਦਵਾਣਾ ਕਹਿੰਦੇ ਹੋ, ਉਹ ਰਾਜਸਥਾਨੀ ਕਹਿੰਦਾ ਯਾਰ ਤੁਸੀਂ ਇਹਨੂੰ ਤਰਬੂਜ ਕਹਿੰਦੇ ਹੋ, ਕਹਿੰਦਾ ਯਾਰ ਤੁਸੀਂ ਮਤੀਰਾ ਕਹਿੰਦੇ ਹੋ, ਕਹਿੰਦੇ ਯਾਰ ਗੱਲ ਤੇ ਕੋਈ ਸੀ ਐਵੇਂ ਹੀ ਲੱਗਦੇ ਰਹਿ ਗਏ। ਦੁਨੀਆਂ ਪੈਗੀ ਵਿੱਚ ਭੁਲੇਖੀਆਂ ਦੇ, ਪੈਗੀ ਵਿੱਚ ਭੁਲੇਖੀਆਂ ਦੇ, ਪੈਗੀ ਵਿੱਚ ਭੁਲੇਖਿਆਂ 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 ਦੇ, ਹਤਮਾਂ ਦਾ ਦਾਤਾ ਇੱਕੋ ਪੈਗੀ ਵਿੱਚ ਦੁਨੀਆਂ ਪੈਗੀ ਵਿੱਚ ਭੁਲੇਖਿਆਂ ਦੇ, ਸਭਨਾਂ ਦਾ ਦਾਤਾ ਇੱਕੋ ਪੈਗੀ ਵਿੱਚ ਭੁਲੇਖਿਆਂ ਦੇ, ਪੈਗੀ ਵਿੱਚ ਭੁਲੇਖਿਆਂ ਦੇ, ਸਭਨਾਂ ਦਾ ਦਾਤਾ ਇੱਕੋ ਹੀ ਹੈ, ਦੁਨੀਆਂ ਪੈਗੀ ਵਿੱਚ ਭੁਲੇਖਿਆਂ ਦੇ ਵਿੱਚ ਭੁਲੇਖਿਆਂ ਦੇ। ਅੱਲਾ ਵਾਹਿਗੁਰੂ ਹਰੀ ਦਾ ਨਾਮ ਇੱਕ ਹੈ, ਪਰਮਾ ਚ ਪੈਗੀ ਦੁਨੀਆਂ, ਨਾਮ ਇੱਕ ਹੈ ਪਰਮਾ ਚ ਪੈਗੀ ਦੁਨੀਆਂ, ਪਰਮਾ ਚ ਪੈਗੀ ਦੁਨੀਆਂ।
ਗੁਣਗਾਣ ਕਰੋ। ਬੜੀ ਉਲੜਾ ਉੱਦਮ ਕੀਤਾ ਪਿੰਡ ਵਾਲਿਆਂ ਨੇ, ਇਹਨਾਂ ਨੇ ਵੱਖ ਵੱਖ ਸੰਸਥਾਵਾਂ ਇਸ ਪਿੰਡ ਦੀਆਂ। ਬੜੀ ਖੁਸ਼ੀ ਹੋ ਰਹੀ ਮੈਨੂੰ ਕਿ ਜਿਹਨਾਂ ਸਾਰਿਆਂ ਨੇ ਮਿਲ ਕੇ ਅੱਜ ਇਸ ਫੋਰਮ ਦੇ ਵਿੱਚ ਜਿਹਨਾਂ ਨੇ ਸਾਥ ਦਿੱਤਾ, ਮੈਂ ਇਕੱਲੇ ਇਕੱਲੇ ਦਾ ਨਾਂ ਕੀ ਲੈਣਾ, ਮੈਂ ਤਾਂ ਸਾਰਿਆਂ ਦੇ ਕਹਿ ਦੂੰਗਾ, ਤੁਸੀਂ ਸਾਰੇ ਪੂਜਣ ਯੋਗ ਹੋ ਔਰ ਸਾਰੇ ਧੰਤਾ ਯੋਗ ਹੋ। ਮਾਫ ਕਰਨਾ, ਹਜ਼ਰਤ ਮੁਹੰਮਦ ਸਾਹਿਬ ਨੇ ਕੁਰਾਨ ਸ਼ਰੀਫ 'ਚ ਲਿਖਿਆ, ਕਹਿੰਦਾ ਇਹ ਜੇਕਰ ਮੈਂ ਕੋਈ ਭੁੱਖਾ ਬੱਬਰ ਸ਼ੇਰ ਭੇਡਾਂ ਦੇ ਵਾੜੇ 'ਚ ਵੜ ਜਾ ਨਾ, ਉਹ ਭੇਡਾਂ ਦਾ ਇੰਨਾ ਨੁਕਸਾਨ ਨਹੀਂ ਕਰਦਾ। ਧਰਮ ਦੂਜਿਆਂ ਦਾ, ਧਰਮਾਂ ਦਾ ਵੀ ਸਿਧਾਂਤ ਵੇਖੋ। ਕਹਿੰਦਾ ਕਿ ਜੇ ਭੁੱਖਾ ਬੱਬਰ ਸ਼ੇਰ ਨਾ ਭੇਡਾਂ ਦੇ ਵਾੜੇ 'ਚ ਵੜ ਜਾ, ਉਹ ਭੇਡਾਂ ਦਾ ਇੰਨਾ ਨੁਕਸਾਨ ਨਹੀਂ ਕਰਦਾ। ਬੜੀ ਬਾਜ਼ੀ, ਇੱਕ ਭੇਡ ਖਾ ਲਏਗਾ, ਦੋ ਖਾ ਲਏਗਾ, ਤਿੰਨ ਖਾ ਲਏਗਾ। ਕਹਿੰਦਾ ਜਿੰਨਾ ਮਾਇਆ ਦੇ ਨਸ਼ੇ 'ਚ ਮਾਇਆ ਧਾਰੀ ਬੰਦਾ ਆਪਣੇ ਧਰਮ ਦਾ ਨੁਕਸਾਨ ਕਰ ਲੈਂਦਾ। ਖਾਲਸਾ ਜੀ, ਈਸਾ ਜੀ ਬਾਈਬਲ ਅੰਜੀਲ 'ਚ ਲਿਖਦੇ ਨੇ, ਕਹਿੰਦੇ ਨੇ ਜੇਕਰ ਕੋਈ ਬੰਦਾ ਕਹਿੰਦੇ ਨੇ ਇੱਕ ਘੋੜੇ ਨੂੰ ਸੂਈ ਦੇ ਨੱਕੇ 'ਚੋਂ ਕੱਢ ਲਵੇ, ਹਾਲੇ ਨਿਕਲ ਨਹੀਂ ਸਕਦਾ। ਇੱਕ ਕੋਈ ਬੰਦਾ ਇੱਕ ਘੋੜੇ ਨੂੰ ਸੂਈ ਦੇ ਨੱਕੇ 'ਚੋਂ ਕੱਢ ਸਕੇ, ਕੱਢ ਲਵੇ। ਮਾਫ ਕਰਨਾ, ਜੇਕਰ ਕੋਈ ਬੰਦਾ ਨਾ ਇੱਕ ਘੋੜੇ ਨੂੰ ਸੂਈ ਦੇ ਨੱਕੇ 'ਚੋਂ ਕੱਢ ਲਵੇ, ਕਹਿੰਦੇ ਨੇ ਗੱਲ ਮੰਨੀ ਜਾ ਸਕਦੀ। ਉਹ ਬੰਦਾ ਜਿਹਦੀ ਮੱਤ ਮਾਇਆ ਨੇ ਮਾਰ ਦਿੱਤੀ, ਉਹ ਰੱਬ ਦੀ ਗਲੀ 'ਚ ਨਹੀਂ ਲੱਗ ਸਕਦਾ। ਖਾਲਸਾ ਜੀ, ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਨੇ ਮਾਇਆ ਦੇ ਦੰਦ ਨਹੀਂ ਹੈਗੇ, ਪਰ ਮਾਇਆ ਨੇ ਬਿਨਾਂ ਦੰਦਾਂ ਤੋਂ ਸਾਰਾ ਸੰਸਾਰ ਹੀ ਕਰ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ, ਜਿਨ ਸੱਚ ਨਾਮ ਜਿੱਤ ਲਾਇਆ। ਮਾਫ ਕਰਨਾ ਸਾਧ ਸੰਗਤ ਜੀ, ਮੇਰੇ ਕੋਲ ਕੋਈ ਸ਼ਬਦ ਨਹੀਂ, ਮੈਂ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਕਰਦਾ ਜੋ ਤੁਸੀਂ ਮਿਲ ਕੇ ਲੀਕਿਆ, ਤੇ ਸਤਿਗੁਰ ਪਾਤਸ਼ਾਹ ਕਿਰਪਾ ਕਰਨ ਸਾਰਾ ਨਗਰੀ ਕੋਟ ਬਾਦਲ ਖਾਂ ਪਿੰਡ ਆ, ਜਿਹੜਾ ਪਿੰਡ ਦਾ ਨਾਂ ਕੋਟ ਤੇ ਬਾਦਲ ਤੇ ਖਾਂ, ਫਤਿਹਪੁਰ ਵੀ ਇਹਦੇ ਨਾਲ ਹੀ ਪੈਂਦਾ, ਹੋਰ ਵੀ ਦੋ ਤਿੰਨ ਪਿੰਡ ਨਾਲ ਮਿਲਦੇ ਪੈਂਦੇ ਨੇ, ਸਾਰੇ ਪਿਆਰ ਦੇ ਨਾਲ ਰਿਹਾ ਕਰੋ ਤੇ ਜਿੱਥੇ ਸੇਵਾ ਦੀ ਸੇਵਾ ਵੀ ਕਰਿਆ ਕਰੋ, ਨਾਮ ਜਪਿਆ ਕਰੋ। ਕਿੰਨੇ ਸਕੂਲ ਕਾਲਜ ਨੇ, ਇੱਕ ਸਕੂਲ ਵਾਲੇ ਦੂਜੇ ਸਕੂਲ ਵਾਲਿਆਂ ਨਾਲ ਲੜਦੇ ਨੇ, ਇੱਕ ਵਾਰੀ ਕਹਿੰਦੇ ਵਾਰ ਦੂਜੇ ਸਕੂਲ ਵਾਲੇ ਦੂਜੇ ਸਕੂਲ ਦੇ ਖਿਲਾਫ਼ ਕੋਈ ਗੱਲ ਕਰਦੇ ਨੇ। ਜਿੱਥੇ ਸਿੱਖ ਜਿੱਥੇ ਆਪਣੇ ਧਰਮ ਨੂੰ ਪਿਆਰ ਕਰਦਾ, ਉੱਥੇ ਦੂਜੇ ਧਰਮਾਂ ਦਾ ਸਤਿਕਾਰ ਕਰਦਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਪਤਾ, ਇਹਨੇ ਕੁਛ ਅਸਤਿਕਾਰ ਨਹੀਂ। ਸੱਤ ਮੁਸਲਮਾਨ ਫਕੀਰਾਂ ਦੀ ਬਾਣੀ ਦਰਜ ਹੈ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਹੈ, ਜਿਹੜੇ ਨਾਮ ਜਪਦੇ ਜਪਦੇ ਪਰਮੇਸ਼ਰ ਦੇ ਵਿੱਚ ਭੇਦ ਹੋ ਚੁੱਕੇ ਸਨ। ਹੁਣ ਗੁਰੂ ਸਤੋਤਰ ਪੜਿਆ ਜਾਏਗਾ, ਉਹਤੋਂ ਬਾਅਦ ਅਰਦਾਸ। ਮੈਂ ਸਾਰੇ ਨਗਰ ਦਾ, ਇੱਥੇ ਦੀ ਪ੍ਰਬੰਧਕ ਕਮੇਟੀ ਦਾ, ਪ੍ਰਬੰਧਕ ਸੰਸਥਾਵਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਤਨਖ 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 ਗੁਰੂ ਨਾਨਕ ਸਾਹਿਬ ਜੀ ਤਨਖ, ਧਨ ਹੈ 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 ਅੰਗਦ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਅੰਗਦ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਸਾਹਿਬ ਜੀ ਧਨ ਹੈ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਜੀ ਤਨ ਹੈ ਤਨ 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 ਹੈ ਅਰਜਨ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਹਰਗੋਬਿੰਦ ਸਾਹਿਬ ਤਨ ਹੈ ਤਨ ਹੈ ਤਨ ਹੈ ਗੁਰੂ ਹਰਗੋਬਿੰਦ ਸਾਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਹਰਗੋਬਿੰਦ ਸਾਹਿਬ ਤਨ ਹੈ ਤਨ ਹੈ ਗੁਰੂ ਕੀ ਪਿਆਰ
ਪਰ ਰਹਿਤ ਤਨ ਹੈ ਤਨ ਹੈ ਗੁਰੂ ਸ਼੍ਰੀ ਹਰ ਰਾਏ ਸਾਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਸ਼੍ਰੀ ਹਰ ਰਾਏ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਸ਼੍ਰੀ ਹਰ ਰਾਏ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਧੰਨ ਹੈ ਗੁਰੂ ਸ਼੍ਰੀ ਹਰ ਕ੍ਰਿਸ਼ਨ ਜੀ ਧੰਨ ਹੈ ਤੁਨ ਹੈ ਧੰਨ ਖੰ ਧੰਨ ਹੈ ਗੁਰੂ ਤੇਗ ਬਹਾਦਰ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਜੀ ਧੰਨ ਹੈ ਧੰਨ ਹੈ ਧੰਨ ਹੈ ਗੋਬਿੰਦ ਸਿੰਘ ਜੀ ਧੰਨ ਹੈ ਧੰਗ ਧੰਗ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਗ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ ਧੰਨ ਹੈ ਧੰਨ ਤੇਰਾ ਪੰਥ ਖਾਲਸਾ ਧੰਨ ਹੈ ਧੰਨ ਹੈ ਧੰਨ ਤੇਰਾ ਪੰਥ ਖਾਲਸਾ ਧੰਨ ਹੈ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਤੇਰੀ ਸਾਧ ਸੰਗਤ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਤੇਰੀ ਸਾਧ ਸੰਗਤ ਜੀ ਧੰਨ ਹੈ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਕਰੇ ਨਾ ਵਾਹਿਗੁਰੂ ਬੋਲ ਕਰੇ ਨਾ ਡੋਲ ਵਾਹਿਗੁਰੂ ਬੋਲ ਕਰੇ ਨਾ ਡੋਲ ਵਾਹਿਗੁਰੂ ਬੋਲ ਕਰੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਤੜਾ ਲੱਗੂਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਤੜਾ ਲੱਗੂਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਸ਼ੂਰ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕਸ਼ਨਾ ਲੱਗੇਗਾ ਬੋਲ ਪਿਆਰਿਆ ਬੋਲ ਪਿਆਰਿਆ ਤੇਰਾ ਕਸ਼ਨਾ ਲੱਗੇਗਾ ਬੋਲ ਪਿਆਰਿਆ ਭਗਤ ਨਾਮ ਕੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਰੇ ਨਾ ਵਾਹਿਗੁਰੂ ਬੋਲ ਕਰੇ ਨਾ ਡੋਲ 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 ਵਾਹਿਗੁਰੂ ਬੋਲ ਸਤਨਾਮ ਸ਼੍ਰੀ 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 ਵਾਹਿਗੁਰੂ ਬੋਲ ਸਾਰਿਆਂ ਨੂੰ ਜੀ ਆਇਆਂ ਤੇ ਜਿਹੜੇ ਮਾਲਵਾ ਟੀਵੀ ਵਾਲੇ ਨੇ ਜਿਹੜੇ ਇਸ ਪ੍ਰੋਗਰਾਮ ਨੂੰ ਬਾਹਰਲੇ ਕੰਟਰੀਆਂ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਹੈ ਲੋਕ ਟੀਵੀ ਤੇ ਬੈਠੇ ਅਮਰੀਕਾ ਕੈਨੇਡਾ ਤੇ ਇੰਗਲੈਂਡ 'ਚ ਵੇਖ ਰਹੇ ਨੇ ਨੈੱਟ ਲਗਾ ਕੇ ਇਹ ਪ੍ਰੋਗਰਾਮ ਦੁਨੀਆਂ ਦੇ ਸਾਰੇ ਕੰਟਰੀਆਂ ਜਾ ਰਿਹਾ ਤੇ ਜਿੱਥੇ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਬੈਠੇ ਨੇ ਉਹ ਸਾਰੇ ਇਸ ਪ੍ਰੋਗਰਾਮ ਵੇਖ ਰਹੇ ਨੇ ਤੇ ਤੁਹਾਨੂੰ ਵੇਖ ਰਹੇ ਨੇ ਬੈਠਿਆਂ ਨੂੰ ਵੀ ਕੋਟ ਬਹਾਦਰ ਖਾਂ ਪਿੰਡ ਵਿਖੇ ਇੱਕ ਬਹੁਤ ਵੱਡਾ ਸਮਾਗਮ ਮਨਾਇਆ ਜਾ ਰਿਹਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆ ਜਿਹੜੇ ਵੀ ਸੰਸਥਾ ਮਾਨ ਦੇ ਮੈਂਬਰ ਨੇ
ਮੈਂ ਇਹਨਾਂ ਨੂੰ ਵਧਾਈ ਦਿੰਦਾ ਔਰ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਤੁਸੀਂ ਬਾਣੀ ਪੜ੍ਹੋ ਨਾ ਤੇ ਫਿਰ ਤੁਹਾਨੂੰ ਪਤਾ ਲੱਗੇ ਵੀ ਰਵਿਦਾਸ ਜੀ ਤਾਂ ਬਾਣੀ 'ਚ ਬੈਠੇ ਨੇ ਇੱਕ ਵਾਰੀ ਕਹਿ ਦੇ ਮਾਫ ਕਰਨਾ ਭਗਤ ਰਵਿਦਾਸ ਜੀ ਦੀ ਬਾਣੀ ਅਸੀਂ ਬਾਣੀ ਨੂੰ ਗੁਰੂ ਮੰਨਦੇ ਹਾਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸਾਰੇ ਸੰਤਾਂ ਭਗਤਾਂ ਦੀ ਬਾਣੀ ਹੈ ਨਾ ਇਹ ਵੀ ਸਾਨੂੰ ਗੁਰੂ ਰੂਪ ਹੋ ਕੇ ਉਪਦੇਸ਼ ਦੇ ਰਹੀ ਹੈ ਤੇ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਹਦੇ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਕਿਤੇ ਸਮਾਂ ਬਣਿਆ ਨਾ ਅਸੀਂ ਛੋਟੇ ਹੁੰਦੇ ਸਤਸੰਗ ਮੈਂ ਸੋਚਣਾ ਵੀ ਹਿੰਦੁਸਤਾਨ ਗੁਲਾਮ ਕਿਉਂ ਰਿਹਾ ਬਈ ਐਡੇ ਐਡੇ ਸੂਰਮੇ ਹੋਏ ਇੱਥੇ ਪਰ ਸਤਸੰਗ ਜੀ ਇਹੜਾ ਜਦੋਂ ਜਾਤਾਂ ਦੇ ਵਿੱਚ ਵੰਡ ਪੈ ਜਾਣਾ ਕਹਿੰਦੇ ਨੇ ਸਤਸੰਗ ਘਰ 'ਚ ਫੁੱਟ ਪੈ ਜਾ ਤੇ ਉਹ ਘਰ ਵੱਸ ਨਹੀਂ ਸਕਦਾ ਕਹਿੰਦੇ ਕਿਉਂਕਿ ਇਹਦੇ ਭਰਾਵਾਂ ਵਰਗੇ ਰਿਸ਼ਤੇ ਸਨ ਇਹਨਾਂ ਦੇ ਵਿੱਚ ਵੰਡ ਪੈ ਗਈ ਵੰਡ ਪੈਣ ਦਾ ਮਤਲਬ ਕੀ ਸੀ ਇੱਕ ਪਾਸੇ ਇਹ ਗੱਲਾਂ ਹੁਣ ਕਰਨ ਵਾਲੀਆਂ ਤੇ ਨਹੀਂ ਪਰ ਕਿਤੇ ਸਮਾਂ ਬਣਿਆ ਤੇ ਖੁੱਲੀਆਂ ਵਿਚਾਰਾਂ ਕਰਾਂਗੇ ਸਦੀਆਂ ਤੱਕ ਇਸ ਦੇਸ਼ ਨੂੰ ਗੁਲਾਮੀ ਦਾ ਮੂੰਹ ਵੇਖਣਾ ਪਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਵੀ ਅਮਰ ਛਕਾ ਸਕਦੇ ਸਨ ਇੱਕ ਵਾਰੀ ਕਹਿੰਦੇ ਪਰ ਗੁਰੂ ਨਾਨਕ ਸਾਹਿਬ ਦੇ ਸਮੇਂ ਚਰਨਾਂ ਦਾ ਅੰਮ੍ਰਿਤ ਸੀ ਚਰਨਾਮ੍ਰਿਤ ਜਿਹਨੂੰ ਕਹਿੰਦੇ ਨੇ ਗੁਰੂ ਨਾਨਕ ਜੀ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਜਿਹੜੀਆਂ ਸੰਗਤਾਂ ਗੁਰੂ ਸਾਹਿਬ ਦੇ ਚਰਨਾਂ ਲੱਗਦੀਆਂ ਉਹਨਾਂ ਦੇ ਚਰਨ ਧੋ ਕੇ ਪਿਲਾਏ ਜਾਂਦੇ ਰਹੇ ਪਰ ਗੁਰੂ ਗੋਬਿੰਦ ਸਿੰਘ ਨੇ ਇਸ ਅੰਮ੍ਰਿਤ ਨੂੰ ਖੰਡੇ ਬੱਟ ਦੇ ਅੰਮ੍ਰਿਤ ਵਿੱਚ ਤਬਦੀਲ ਕੀਤਾ ਮਾਰੂ ਪਤਾ ਸੀ ਕਿ ਸਮਾਂ ਆਉਣ ਤੇ ਅਸੀਂ ਗੁਰਤਾ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕਰ ਜਾਣੀ ਪਰ ਸਾਧ ਸੰਗਤ ਜੀ ਸਾਨੂੰ ਸਤਿਗੁਰੂ ਪਾਤਸ਼ਾਹ ਨੇ ਇੱਕ ਸੰਗਤ ਇੱਕ ਪੰਗਤ ਇੱਕ ਬਾਟੇ ਦੇ ਵਿੱਚ ਅੰਮ੍ਰਿਤ ਛਕਾਇਆ ਸਾਨੂੰ ਸਾਰਿਆਂ ਨੂੰ ਇੱਕ ਬਣਾ ਕੇ ਤੇ ਭਿੰਨ ਭੇਦ ਮਿਟਾ ਕੇ ਜਾਤਾਂ ਪਾਤਾਂ ਕੱਢ ਕੀਆਂ ਜਦੋਂ ਅੰਮ੍ਰਿਤ ਛਕਾਉਂਦੇ ਨੇ ਨਾ ਅੱਜ ਤੋਂ ਉਦੋਂ ਕਿਹਾ ਜਾਂਦਾ ਅੰਮ੍ਰਿਤ ਛਕਾਉਣ ਸਾਹਿਬ ਪੰਜ ਪਿਆਰੇ ਉਪਦੇਸ਼ ਕਰਦੇ ਨੇ ਅੱਜ ਤੋਂ ਪਿਤਾ ਗੁਰੂ ਗੋਬਿੰਦ ਸਿੰਘ ਅੱਜ ਤੋਂ ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਦੇ ਤੇ ਨਾਨਕੇ ਪਰਿਵਾਰ ਗੁਰੂ ਕੇ ਲਾਹੌਰ ਉਦੋਂ ਸਾਰੇ ਹੀ ਜਦੋਂ ਪਿਤਾ ਸਾਰਿਆਂ ਦਾ ਗੁਰੂ ਗੋਬਿੰਦ ਸਿੰਘ ਤੇ ਮਾਤਾ ਵੀ ਇੱਕ ਤੇ ਪਿਤਾ ਵੀ ਇੱਕ ਤੇ ਸਾਰਾ ਫਿਰ ਸਾਧ ਸੰਗਤ ਜੀ ਫਿਰ ਦੋ ਦੀ ਤੇ ਕੋਈ ਗੱਲ ਹੀ ਨਹੀਂ ਰਹੀ ਖੈਰ ਇਹਨੇ ਕੇ ਸ਼ਬਦ ਪ੍ਰਵਾਨ ਮੈਨੂੰ ਬੜੀ ਖੁਸ਼ੀ ਹੈ ਤੇ ਸਾਧ ਸੰਗਤ ਜੀ ਆਹ ਜਿਹੜੀਆਂ ਗੱਲਾਂ ਨੇ ਨਾ ਵੀ ਆਹ ਫਲਾਣੇ ਨੇ ਜੀ ਆਹ ਫਲਾਣੇ ਨੇ ਮੁੱਖ ਦੀ ਗੱਲ ਕੀ ਤੁਸੀਂ ਇਹਨਾਂ ਗੱਲਾਂ ਨੂੰ ਕਰੋ ਖਤਮ ਇਹਨਾਂ ਨੂੰ ਵੀ ਕਹੋ ਭਰਾਓ ਅੰਮ੍ਰਿਤ ਛਕੋ ਤੇ ਆਪਾਂ ਇਕੱਠੇ ਬਹਿ ਕੇ ਰੋਟੀ ਖਾ ਕਰੀਏ ਇੱਕ ਵਾਰੀ ਕਹਿੰਦੇ ਬਹਿ ਆਪਾਂ ਇਕੱਠੇ ਬੈਠਿਆ ਕਰੀਏ ਇਕੱਠੇ ਆਪਾਂ ਸੇਵਾ ਕਰਿਆ ਕਰੀਏ ਗੁਰੂ ਨਾਨਕ ਦਾ ਘਰ ਸਾਰਿਆਂ ਲਈ ਸਾਂਝਾ ਇੱਥੇ ਮੁਸਲਮਾਨ ਆ ਜਾ ਇੱਥੇ ਹਿੰਦੂ ਆ ਜਾ ਇੱਥੇ ਪਾਰਸੀ ਆ ਜਾ ਇੱਥੇ ਈਸਾਈ ਆ ਜਾ ਕ੍ਰਿਸਚਨ ਆ ਜਾ ਇੱਥੇ ਖੱਤਰੀ ਆ ਜਾ ਇੱਥੇ ਬ੍ਰਾਹਮਣ ਆ ਜਾ ਇਹ ਜਦ ਘਰ ਹੀ ਇੱਕ ਹੈ ਇੱਕ ਵਾਰੀ ਕਹਿੰਦੇ ਬਹਿ ਘਰ ਹੀ ਇੱਕ ਹੈ ਸਾਡਾ ਸਾਰਿਆਂ ਦਾ ਤਦੇ ਭਗਤ ਕਬੀਰ ਜੀ ਨੇ ਕਿਹਾ ਸੀ ਕਬੀਰ ਜੇ ਦਰ ਆਪ ਤੇ ਜਾਂਦੇ ਹੋ ਹਟ ਕੇ ਨਾਹੀਂ ਕੋਏ ਸੋ ਦਰ ਕੈਸੇ ਛੋਟੀ ਹੈ ਸੋ ਦਰ ਕੈਸੇ ਛੋਟੀ ਹੈ ਜੋ ਦਰ ਐਸਾ ਹੋਏ ਜੋ ਦਰ ਐਸਾ ਹੋਏ ਹੁਣ ਅਰਦਾਸ ਹੋਵੇਗੀ ਤੁਹਾਡਾ ਸਾਰਿਆਂ ਦਾ ਧੰਨਵਾਦ ਮੌਸਮ ਭਾਵੇਂ ਖਰਾਬ ਸੀ ਤਿਆਰੀ ਤੁਸੀਂ ਕੀਤੀ ਬਹੁਤ ਜ਼ਿਆਦਾ ਜਿਹੜਾ ਚੰਗਾ ਮੌਸਮ ਨੇ ਵੀ ਆਖਿਆ ਮੈਂ ਵੀ ਪਿੱਛੇ ਨਹੀਂ ਰਹਿਣਾ ਹਵਾ ਆ ਕਦੀ ਮੈਂ ਵੀ ਜਾਣਾ ਮੈਂ ਵੀ ਪ੍ਰੋ ਵੇਣਾ ਉਹ ਵੀ ਆਪਣਾ ਜ਼ੋਰ ਲਾ ਕੇ ਚਲੀ ਗਈ ਤੇ ਪ੍ਰੋ ਆਪਾਂ ਵੀ ਮਨਾ ਲਿਆ ਖੈਰ ਗੁਰੂ ਕਰੇ ਕਿਰਪਾ ਉਹਦੀ ਵੱਸਦੇ ਰਹੋ ਹੱਸਦੇ ਰਹੋ ਸਿੱਖੀ ਦਰਾਂ ਦੇ ਚੱਲਦੇ ਰਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾੜੇ ਸਦਾ ਕਲਾ ਹੁਣ ਅਰਦਾਸ ਹੋਵੇਗੀ ਤੂੰ ਅਰਦਾਸ ਮਾ ਰੀ ਜੀਓ ਪਿੰਡ
ਸਾਹਿਬ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਮਰੋਹ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਨ ਡਿੱਟੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦੇ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਿੱਟਿਆਂ ਬਾਜਾਂ ਵਾਲੇ ਮਰਤਕੇ ਦਾਤੇ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਸ੍ਰੀ ਪਾਵਨ ਪਿੱਤਰ ਜਾਗਦੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਠ ਦਰਸ਼ਨਾਂ ਦਾ ਧਿਆਨ ਤਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਖ ਤੇ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਭਾਈ ਵੇਖ ਕੇ ਅੰਡ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲਵਾਈਆਂ ਚੜਕੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਸਿੱਖੀ ਸਿੱਧਕ ਕੇਸਾ ਸਵਾਸਾ ਸੰਗ ਨਿਭਾਇਆ ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਛਿਆ ਰਹਿਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਸ੍ਰੀ ਵਾਹਿਗੁਰੂ ਬਖਸ਼ਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਮਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰਾ ਹੋਵੇ ਬੋਲੋ ਜੀ ਸ੍ਰੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਪਤ ਕਾ ਰਾਖਾ ਪਕਾਲ ਪੁਰਖ ਵਾਹਿਗੁਰੂ ਨਿਮਾਣਿਆਂ ਦੇ ਮਾਣ ਵਾਹਿਗੁਰੂ ਨਿਤਾਣਿਆਂ ਦੇ ਤਾਣ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਕੀਤੀ ਜਾਂਦੀ ਹੈ ਮਹਾਰਾਜ ਜੀਓ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾਂ ਦੇ ਮਹਾਂਵਾਕ ਅਨੁਸਾਰ ਆਪ ਜੀ ਦੀ ਛਤਰ ਛਾਇਆ ਹੇਠ ਸੋਹਣੇ ਦੀਵਾਨ ਸਜਾਏ ਗਏ ਹਨ ਆਪ ਜੀ ਦੇ ਸੇਵਾਦਾਰਾਂ ਕੋਲ ਬਾਣੀ ਪੜ੍ਹਦਿਆਂ ਕਥਾ ਕੀਰਤਨ ਵਿਚਾਰਾਂ ਕਰਦਿਆਂ ਸੇਵਾ ਕਰਦਿਆਂ ਆਪ ਜੀ ਦਾ ਸਤਿਕਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਆਪ ਜੀ ਜਾਣ ਬੱਚੇ ਜਾਣ ਕੇ ਬਖਸ਼ ਲੈਣਾ ਅੱਗੇ ਤੋਂ ਗੁਰਬਾਣੀ ਪੜ੍ਹਨ ਦੀ ਸੇਵਾ ਕਰਨ ਦੀ ਸੁਮਤ ਬਖਸ਼ਿਸ਼ ਕਰਨੀ ਮਹਾਰਾਜ ਜੀਓ ਆਈ ਸੰਗਤ ਦੀ ਹਾਜ਼ਰੀ ਲੇਖੇ ਵਿੱਚ ਲਾਉਣੀ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੀ ਦਿੱਤੀਆਂ ਦਾਤਾਂ ਵਿੱਚੋਂ ਪਾਵਨ ਪਵਿੱਤਰ ਕੜਾਹ ਪ੍ਰਸ਼ਾਦ ਹਾਜ਼ਰ ਹੈ ਆਪ ਜੀ ਭੋਗ ਲਾਉ ਭੋਗ ਲੱਗਿਆ ਸੀ ਪ੍ਰਸ਼ਾਦ ਸਾਹ ਸੰਗਤ ਵਿੱਚ ਵਰਤੇ ਜੋ ਜੀ ਆਪ ਜੀ ਦਾ ਸ਼ੀਤ ਪ੍ਰਸ਼ਾਦ ਛਕੇ ਸੋ ਸਤਨਾਮ ਸ੍ਰੀ ਵਾਹਿਗੁਰੂ ਜਪੇ ਮਹਾਰਾਜ ਜੀ ਹੁਣ ਆਪ ਜੀ ਸ਼ਾਹੀ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਹੁਕਮਨਾਮੇ ਤੇ ਚੱਲਣ ਦੀ ਸਮਰੱਥ ਬਖਸ਼ੋ ਹੋਰ ਜੋ ਜੀ ਆਪ ਜੀ ਦੇ ਦਰਿਆ ਵੇ ਸੋ ਰਾਜੀ ਜਾਵੇ ਕਲਾ ਕੁਦਰਤ ਵਾਹਿਗੁਰੂ ਤੇਰੀ ਵਰਤੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੋਹਰਾ ਆਗਿਆ ਪਈਆ ਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਰਾਜ ਕਰੇਗਾ ਕਾਲ ਸਾਇਆ ਕੀ ਰਹਿ ਨ ਕੋਏ ਖੁਆਰੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ
ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
ਜਪ ਹਰ ਭਵ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹ ਤੇਰਾਂ ਅਤੇ ਚੌਦਾਂ ਮਾਰਚ ਨੂੰ ਇਸੇ ਤਰ੍ਹਾਂ ਹੁਮ ਹੁਮ ਆ ਕੇ ਸਿੱਧਵਾਂ ਬੇਟ ਪਹੁੰਚਣ ਦੀ ਕਿਰਪਾਲਤਾ ਕਰੋ। ਸਿੱਧਵਾਂ ਬੇਟ ਸ਼ਹੀਦਾਂ ਦੀ ਯਾਦ ਵਿੱਚ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਮਨੀ ਸਿੰਘ ਜੀ, ਸ਼ਹੀਦਾਂ ਸਿੰਘਾਂ ਜੀ ਦੀ ਯਾਦ ਵਿੱਚ ਸਮਾਗਮ ਆਰੰਭ ਹੋਣਗੇ 13 ਅਤੇ 14 ਮਾਰਚ ਨੂੰ ਰਾਤ 7 ਤੋਂ 12 ਵਜੇ ਤੱਕ। ਆਪ ਜੀ ਨੇ ਉੱਥੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਹੈ। ਸੋ ਇੱਕ ਵਾਰ ਫਿਰ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਮਾਲਵਾ ਟੀਵੀ ਅਤੇ ਫਾਸਟਵੇ ਕੇਬਲ ਵਾਲੇ ਸੱਜਣਾਂ ਨੂੰ, ਦੋਨੇ ਟੀਮਾਂ ਦਾ ਕੋਟ ਅਨਕੋਟ ਧੰਨਵਾਦ ਕੀਤਾ ਜਾਂਦਾ ਹੈ। ਫਿਰ ਬੇਨਤੀ ਕੀਤੀ ਜਾਂਦੀ ਹੈ ਆਪਣੇ ਸਰੂਪੇ ਲੈ ਕੇ ਜਾਣ। ਜਪੋ ਸਤਨਾਮ ਸਤਨਾਮ ਓ ਸਤਨਾਮ 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 ਜੀ ਬੋਲੇ ਸੋ ਨਿਹਾਲ ਬੋਲੇ